ਸਾਡੀ ਲਾਈਨ ਤੇ ਹਾਜ਼ਰ ਨੇ ਸਾਡੇ ਸਤਿਕਾਰਯੋਗ ਪ੍ਰੋਫੈਸਰ ਜਗਜੀਤ ਸਿੰਘ ਜੀ ਚੀਮਾ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਰੇਡੀਓ ਸਿੰਘ ਨਾਂ ਦੇ ਸਾਰੇ ਸਰੋਤਿਆਂ ਵੱਲੋਂ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਇਸ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜ ਕੇ ਉਸ ਮਾਲਕ ਦੀ ਸਿਫਤਸਲਾਹ ਕਰ ਰਹੇ ਨੇ, ਤੇ ਇਹ ਵੀ ਇੱਕ ਆਪਸੀ ਪਿਆਰ ਮੁਹੱਬਤ ਦਾ ਸਬੂਤ ਹੈ। ਤੇ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਜਿਉਂ ਆਖਦਾ ਤੇ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਾਨੂੰ ਬਲ ਬਖਸ਼ਣ ਤਾਂ ਕਿ ਅਸੀਂ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੇ ਮਿਸ਼ਨ ਜੋ ਹੈ ਉਸ ਮਿਸ਼ਨ ਤੇ ਚੱਲ ਕੇ ਉਹ ਸੁਗੰਧੀ ਜਿਹੜੀ ਹੈ ਸਾਨੂੰ ਹੁਕਮ ਮੇਰੇ ਮਾਲਕ ਨੇ ਕੀਤਾ ਉਹ ਸੁਗੰਧੀ ਦੁਨੀਆਂ 'ਚ ਵੰਡ ਸਕੀਏ। ਤੇ ਅੱਜ ਦੇ ਟੌਪਿਕ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ, ਵੀ ਜਿਹੜੀ ਗੁਰਬਾਣੀ ਦੇ ਮੁਤਾਬਕ ਗੁਰਮਤ ਦੇ ਮੁਤਾਬਕ ਜਿਹੜੇ ਕੀ ਭੂਤ ਪ੍ਰੇਤ ਹੈਗੇ ਆ, ਤਾਂ ਜੇ ਹੈਗੇ ਆ ਤੇ ਉਹ ਕਿੱਥੇ ਰਹਿੰਦੇ ਆ, ਜੇ ਆਪਾਂ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲ ਸਕਦੇ ਉਹਨਾਂ ਨੂੰ, ਤੇ ਆਓ ਆਪਾਂ ਵਿਚਾਰ ਸ਼ੁਰੂ ਕਰੀਏ। ਹਾਂਜੀ ਭਾਈ ਸਾਹਿਬ ਜੀ, ਜੀ ਸਭ ਤੋਂ ਪਹਿਲਾਂ ਤਾਂ ਜੀ ਸਿੰਘ ਨਾਦ ਰੇਡੀਓ ਸੁਣ ਰਹੇ ਸਾਰੇ ਸਰੋਤਾ ਜਨਾਂ ਨੂੰ ਦਾਸ ਵੱਲੋਂ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਵਿਸ਼ਾ ਜਿਹੜਾ ਆਰੰਭਿਆ ਹੈ, ਜੋ ਸਮੇਂ ਦੀ ਲੋੜ ਹੈ। ਅੱਜ ਦਾ ਜੋ ਵਿਸ਼ਾ ਹੈ, ਭੂਤ ਪ੍ਰੇਤ ਕੀ ਹਨ। ਆਮ ਤੌਰ ਤੇ ਸਮਾਜਿਕ ਲੋਕਾਂ ਵਿੱਚ ਇੱਕ ਭਰਮ ਪਾਇਆ ਜਾਂਦਾ ਹੈ ਕਿ ਭੂਤ ਪ੍ਰੇਤ ਕੁਝ ਗਾਇਬੀ ਸ਼ਕਤੀਆਂ ਦਾ ਨਾਮ ਹੈ, ਜਿਨ੍ਹਾਂ ਤੋਂ ਸਾਡਾ ਆਮ ਸਮਾਜ ਜਿਹੜਾ ਵਾ ਕੁਝ ਸੁਨਸਾਨ ਥਾਵਾਂ ਤੋਂ ਜਿੱਥੇ ਕੋਈ ਰਹਿੰਦਾ ਨਾ ਹੋਵੇ, ਕੁਝ ਪੁਰਾਣੀਆਂ ਪੁਰਾਤਨ ਇਮਾਰਤਾਂ ਜਾਂ ਪੁਰਾਣੇ ਦਰਖਤ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਦੀ ਗੁਜ਼ਰਨਾ ਹੋਵੇ, ਤਾਂ ਆਮ ਤੌਰ ਤੇ ਸਾਡੇ ਲੋਕਾਂ ਵਿੱਚ ਇਹ ਜਿਹੜਾ ਵਾ ਭਰਮ ਪਾਇਆ ਜਾਂਦਾ ਵਾ ਕਿ ਇਸ ਜਗ੍ਹਾ ਤੇ ਕੋਈ ਛਾਇਆ ਰਹਿੰਦੀ ਹੈ, ਭੂਤ ਰਹਿੰਦੇ ਨੇ, ਪ੍ਰੇਤ ਰਹਿੰਦੇ ਨੇ। ਔਰ ਜਦੋਂ ਅਸੀਂ ਇਹਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵੇਖਦੇ ਹਾਂ ਤੇ ਕੇਵਲ ਇੱਕ ਸਾਡਾ ਮਾਨਸਿਕ ਭਰਮ ਹੀ ਹੈ, ਇਸ ਤੋਂ ਇਲਾਵਾ ਇਹਨੂੰ ਆਪਾਂ ਹੋਰ ਕੁਝ ਵੀ ਨਹੀਂ ਕਹਿ ਸਕਦੇ, ਕਿਉਂਕਿ ਸਾਡੀ ਮਾਨਸਿਕਤਾ, ਸਾਡਾ ਮਨੋਬਲ ਹੀ ਇੰਨਾ ਕਮਜ਼ੋਰ ਹੈ ਕਿ ਅਸੀਂ ਹਰ ਵਕਤ ਮਨ ਵਿੱਚ ਇਹ ਗੱਲ ਪੱਕੀ ਬਿਠਾ ਲਈ ਹੈ ਕਿ ਸੱਚਮੁੱਚ ਜੋ ਗਰੜ ਪੁਰਾਣ ਦੇ ਵਿੱਚ ਜੋ ਕੁਝ ਬ੍ਰਾਹਮਣੀ ਸੋਚ ਜਿਹੜੀ ਸੀ, ਉਹ ਜਿਵੇਂ ਜਿਵੇਂ ਗਰੜ ਪੁਰਾਣ ਦੇ ਵਿੱਚ ਜੋ ਜੋ ਲਿਖਿਆ ਗਿਆ ਉਹਦੇ ਅਕੋਰਡਿੰਗ ਅੱਜ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਸਿੱਖ ਹੁੰਦੇ ਹੋਏ ਵੀ ਜਾਂ ਪੜ੍ਹੇ ਲਿਖੇ ਐਜੂਕੇਟਡ ਹੁੰਦੇ ਹੋਏ ਵੀ ਜੋ ਅਸੀਂ ਉਹਨੂੰ ਸੱਚ ਮੰਨ ਕੇ ਬੈਠੇ ਹਾਂ। ਬਹੁਤ ਕੋਈ ਸਾਡਾ ਪੜ੍ਹਿਆ ਲਿਖਿਆ ਵਰਗ ਵੀ ਇਸ ਚੀਜ਼ ਤੇ ਵਿਸ਼ਵਾਸ ਕਰਦਾ ਹੈ ਕਿ ਸੱਚਮੁੱਚ ਭੂਤ ਪ੍ਰੇਤਾਂ ਹੁੰਦੀਆਂ ਨੇ, ਮੈਨੂੰ ਸੁਪਨੇ ਵਿੱਚ ਮਿਲੀਆਂ ਜਾਂ ਮੈਂ ਸਾਕਸ਼ਾਤ ਵੇਖਿਆ। ਕੁਝ ਮਾਨਸਿਕ ਰੋਗੀ ਹੁੰਦੇ ਨੇ ਜਿਹੜੇ ਅਜਿਹੀਆਂ ਗੱਲਾਂ ਕਰ ਜਾਂਦੇ ਨੇ। ਤਾਂ ਮੈਂ ਅਰਜ ਕਰਨ ਲੱਗਾ ਸੀ ਕਿ ਆਪਾਂ ਇਹਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਤੱਕੀਏ, ਗੁਰਬਾਣੀ ਤੋਂ ਪੁੱਛਣ ਦਾ ਯਤਨ ਕਰੀਏ ਕਿ ਸੱਚਮੁੱਚ ਭੂਤ ਪ੍ਰੇਤ ਹੁੰਦੇ ਨੇ, ਔਰ ਜਿਨ੍ਹਾਂ ਨੂੰ ਮਿਥਿਆਸ ਨੇ ਭੂਤ ਪ੍ਰੇਤ ਮੰਨਿਆ ਜਾਂ ਜਿਨ੍ਹਾਂ ਨੂੰ ਸਾਡੇ ਆਮ ਲੋਕਾਂ ਨੇ ਭੂਤ ਪ੍ਰੇਤ ਮੰਨਿਆ, ਸ਼ਾਇਦ ਉਹ ਭੂਤ ਪ੍ਰੇਤਾਂ ਦਾ ਬਾਣੀ ਨੇ ਜ਼ਿਕਰ ਨਾ ਕੀਤਾ ਹੋਵੇ ਜੀ। ਪਰ ਬਾਣੀ ਨੇ ਉਹਨਾਂ ਭੂਤਾਂ ਦਾ ਜ਼ਿਕਰ ਜ਼ਰੂਰ ਕੀਤਾ ਹੈ ਜੋ ਸੱਚਮੁੱਚ ਹੀ ਸਾਕਸ਼ਾਤ ਬੁੱਤਾਂ ਦੇ ਰੂਪ ਵਿੱਚ ਤੁਰੇ ਫਿਰਦੇ ਨੇ, ਜੋ ਹਕੀਕਤ ਵਿੱਚ ਹੀ ਉਹ ਕਾਰਨਾਮੇ ਕਰ ਰਹੇ ਨੇ, ਜਿਹੜੇ ਗਾਇਬੀ ਸ਼ਕਤੀਆਂ ਤੋਂ ਜੋ ਡਰ ਹੈ ਉਹ ਸੱਚਮੁੱਚ ਉਹ ਸਰੀਰਾਂ ਵਿੱਚ ਰਹਿ ਕੇ ਹੀ ਉਹ ਭੂਤ ਕੰਮ ਕਰੀ ਜਾਂਦੇ ਨੇ। ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਇਸ ਵਿਸ਼ੇ ਨੂੰ ਵਿਚਾਰਨ ਲੱਗਿਆਂ ਇੱਕ ਚੀਜ਼ ਵੇਖਣੀ ਹੈ ਵੀ ਭੂਤ ਸ਼ਬਦ ਦਾ ਅਰਥ ਕੀ ਹੈ, ਇਹਦਾ ਸ਼ਬਦ ਹੀ ਅਰਥ ਕੀ ਹੈ ਸਭ ਤੋਂ ਪਹਿਲਾਂ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਇਹਦੇ ਅਰਥ ਕੀਤੇ ਨੇ, ਬੜੇ ਸੁੰਦਰ ਢੰਗ ਦੇ ਨਾਲ, ਬੜੇ ਪਿਆਰੇ ਅਰਥ ਕੀਤੇ ਨੇ। ਔਰ ਜਦੋਂ ਆਪਾਂ ਇਹਦੇ ਅਰਥ ਕਰਾਂਗੇ ਤਾਂ ਇਹਦਾ ਅਰਥ ਹੈ ਬੀਤਿਆ ਹੋਇਆ, ਗੁਜ਼ਰਿਆ ਹੋਇਆ। ਭੂਤ ਦਾ ਅਰਥ ਹੈ ਗੁਜ਼ਰ ਗਿਆ, ਬੀਤ ਗਿਆ। ਔਰ ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਸੀ ਹੈ ਜਾਂ ਮੌਜੂਦ ਸਮੇਂ ਦੀ, ਜਾਂ ਬੀਤ ਗਏ ਸਮੇਂ ਦੀ, ਜਾਂ ਆਉਣ ਵਾਲੇ ਸਮੇਂ ਦੀ, ਜਿਹਨੂੰ ਅਸੀਂ ਵਰਤਮਾਨ ਕਾਲ, ਭੂਤ ਕਾਲ, ਭਵਿੱਖ ਕਾਲ ਵਿੱਚ ਲੈਂਦੇ ਹਾਂ, ਜਿਹਨੂੰ ਪ੍ਰੈਜੈਂਟ, ਪਾਸਟ ਤੇ ਫਿਊਚਰ ਦੀ ਗੱਲ ਕਰਦੇ ਹਾਂ ਜਿਹੜੀ ਅਸੀਂ। ਔਰ ਜਿਹੜਾ ਪਾਸਟ ਹੈਗਾ ਵਾ ਉਹਨੂੰ ਅਸੀਂ ਭੂਤ ਕਾਲ ਆਖਦੇ ਹਾਂ। ਭੂਤ ਦਾ ਅਰਥ ਹੁੰਦਾ ਹੈ ਬੀਤਿਆ ਹੋਇਆ। ਵੈਸੇ ਗੁਰਬਾਣੀ ਵਿੱਚ ਜਿਸ ਬੰਦੇ ਦੇ ਜੀਵਨ ਦੀ ਮਰਿਆਦਾ ਟੁੱਟ ਜਾਵੇ, ਜਿਹੜਾ ਵਿਸ਼ੇ ਵਿਕਾਰਾਂ ਚ ਗਲਤਾਨ ਹੋ ਜਾਵੇ, ਉਹਨੂੰ ਬਾਣੀ ਨੇ ਜ਼ਿੰਨ ਆਖਿਆ, ਭੂਤ ਆਖਿਆ। ਔਰ ਇੱਥੇ ਭੂਤ ਦਾ ਅਰਥ ਜਿਹੜਾ ਭਾਈ ਕਾਨ ਸਿੰਘ ਨਾਭਾ ਜੀ ਨੇ ਕੀਤਾ, ਉਹ ਕੀਤਾ ਹੈ ਤੇ ਬੀਤਿਆ ਹੋਇਆ, ਬੀਤ ਚੁੱਕਿਆ, ਜਿਹੜਾ ਗੁਜ਼ਰ ਗਿਆ ਉਹਨੂੰ ਭੂਤ ਆਖਿਆ ਜਾਂਦਾ। ਤੋ ਸਭ ਤੋਂ ਪਹਿਲਾਂ ਆਪਾਂ ਇਹ ਵੇਖੀਏ ਵੀ ਮਰੇ ਹੋਏ ਬੰਦੇ ਦੇ ਸਰੀਰ ਤੋਂ ਹੀ, ਸਰੀਰ ਉਹੀ ਹੁੰਦਾ ਜਿਹੜਾ ਪਹਿਲਾਂ ਪਤੀ ਪਤਨੀ ਇਕੱਠੇ ਬੈਠਦੇ ਨੇ, ਬੱਚੇ ਇਕੱਠੇ ਬੈਠਦੇ ਨੇ, ਪਰਿਵਾਰ ਇਕੱਠਾ ਬੈਠਦਾ, ਰਿਸ਼ਤੇਦਾਰ ਭੈਣ ਭਾਈ ਇਕੱਠੇ ਬੈਠਦੇ ਨੇ। ਪਰ ਉਹੀ ਮੁਰਦਾ ਸਰੀਰ ਨੂੰ ਚੁੱਕ ਕੇ ਜਦੋਂ ਸ਼ਮਸ਼ਾਨ ਘਾਟ ਵੱਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਸੰਸਕਾਰ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਜਿਹੜੀਆਂ ਕੁਝ ਔਰਤਾਂ ਲੇਡੀਜ਼ ਹੁੰਦੀਆਂ ਨੇ ਜਾਂ ਕੁਝ ਮਰਦ ਇੱਦਾਂ ਦੇ ਡਰਾਕਲ ਸੁਭਾਅ ਦੇ ਹੁੰਦੇ ਨੇ, ਜਿਹੜੇ ਉੱਥੇ ਸ਼ਮਸ਼ਾਨ ਘਾਟ ਵਿੱਚ ਹੀ ਕੋਈ ਪਾਣੀ ਵਾਲੀ ਜਗ੍ਹਾ ਸਾਧਨ ਤੇ ਜਾਂਦੇ ਨੇ, ਉੱਥੇ ਜਾ ਕੇ ਉਹ ਆਪਣਾ ਹੱਥ ਪੈਰ ਵੀ ਧੋਂਦੇ ਨੇ, ਆਉਣ ਲੱਗਿਆਂ ਪੱਲੇ ਵੀ ਧੋਂਦੇ ਨੇ, ਕੱਪੜੇ ਵੀ ਧੋਂਦੇ, ਤਦਕ ਐਸੇ ਪਖੰਡ ਕਰਦੇ ਵੀ ਸ਼ਾਇਦ ਜਿਹੜਾ ਇਹਨੂੰ ਘਰੋਂ ਬਾਹਰ ਲਿਜਾ ਕੇ ਸੰਸਕਾਰ ਕਰਕੇ ਆ ਰਿਹਾ ਉਹ ਭੂਤ ਬਣ ਕੇ ਸਾਡੇ ਕਿਸੇ ਕੱਪੜੇ ਨਾਲ ਜਾਂ ਸਾਡੇ ਕਿਸੇ ਇਹ ਜਿਹੜਾ ਤਨ ਤੇ ਲਿਆ ਕੱਪੜਾ ਵਾ ਇਹਦੇ ਨਾਲ ਨਾ ਚਿੰਬੜ ਜਾਵੇ, ਇਹਦੇ ਨਾਲ ਚਿੰਬੜ ਕੇ ਸਾਡੇ ਘਰ ਤੱਕ ਪਹੁੰਚ ਦੁਬਾਰਾ ਨਾ ਕਿਤੇ ਕਰ ਲਵੇ। ਤੋਂ ਮੈਂ ਬੇਨਤੀ ਕਰਨ ਲੱਗਾ, ਉਹ ਤਾਂ ਗੁਜ਼ਰ ਚੁੱਕਿਆ, ਜਿਹੜਾ ਗੁਜ਼ਰ ਹੀ ਗਿਆ, ਜਿਹੜਾ ਖਤਮ ਹੀ ਹੋ ਗਿਆ, ਜਿਹੜਾ ਬੀਤ ਹੀ ਗਿਆ, ਉਹ ਕਰੇਗਾ ਕੀ? ਜਿਹਨੂੰ ਚਾਰ ਬੰਦੇ ਚੁੱਕ ਕੇ ਲੈ ਕੇ ਜਾ ਰਹੇ ਨੇ ਉਹ ਸਾਡੇ ਪੱਲੇ ਨਾਲ ਕਿਵੇਂ ਚਿੰਬੜ ਕੇ ਵਾਪਸ ਆ ਜਾਵੇਗਾ? ਖੈਰ ਉਹਦੇ ਤੋਂ ਵੀ ਡਰ ਲੱਗਣ ਲੱਗ ਪੈਂਦਾ, ਬੀਤੇ ਹੋਏ ਤੋਂ ਡਰ ਲੱਗਦਾ ਹੈ। ਤੋ ਜਿਹੜੇ ਸਮਾਜ ਵਿੱਚ ਲੋਕ ਵੈਸੇ ਜਿਉਂਦੇ ਜਾਗਦੇ ਬੀਤ ਗਏ, ਵੈਸੇ ਮੈਂ ਇਹ ਬੇਨਤੀ ਕਰਦਾ ਹੁੰਦਾ ਕਈ ਵਾਰ ਕਿ ਜਿਹੜਾ ਬੰਦਾ ਕਿਸੇ ਕੰਮ ਦਾ ਨਾ ਹੋਵੇ, ਮਖੱਟੂ ਹੋਵੇ, ਜਿਹੜਾ ਕੋਈ ਕੰਮ ਕਾਜ ਦੇ ਯੋਗ ਨਾ ਹੋਵੇ, ਉਹਨੂੰ ਕਹਿੰਦੇ ਵੀ ਤੂੰ ਤਾਂ ਬੀਤ ਹੀ ਗਿਆ, ਤੂੰ ਤਾਂ ਗੁਜ਼ਰ ਹੀ ਗਿਆ, ਤੂੰ ਤਾਂ ਕਾਹੇ ਜੋਗਾ ਹੀ ਨਹੀਂ ਰਿਹਾ। ਤੋ ਜਿਹੜਾ ਕਿਸੇ ਵੀ ਕੰਮ ਦਾ ਨਹੀਂ ਹੈ, ਯੋਗ ਨਹੀਂ ਹੈ, ਬੀਤ ਚੁੱਕਿਆ, ਗੁਜ਼ਰ ਗਿਆ, ਉਹਨੂੰ ਆਖਿਆ ਜਾਂਦਾ ਭੂਤ। ਔਰ ਜਿਹੜਾ ਸੱਚ ਤੋਂ ਕਿਨਾਰਾ ਕਰ ਗਿਆ, ਧਰਮ ਤੋਂ ਕਿਨਾਰਾ ਕਰ ਗਿਆ, ਇਨਸਾਨੀਅਤ ਤੋਂ ਕਿਨਾਰਾ ਕਰ ਗਿਆ, ਉਹ ਇੱਕ ਡਰਾਉਣੀ ਸ਼ਕਲ ਦਾ ਭੂਤ ਹੀ ਹੈ। ਭਾਵੇਂ ਉਹਦਾ ਰੂਪ ਮਨੁੱਖਾਂ ਵਾਲਾ ਹੈ, ਭਾਵੇਂ ਸਰੀਰ ਮਨੁੱਖਾਂ ਵਾਲਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਦਾਂ ਵੀ ਆਖਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਉੱਥੇ ਕੇਵਲ ਕਰਮ ਦਰਸਾਉਂਦਿਆਂ ਵੀ ਇਹਦੇ ਕਰਮ ਪਸ਼ੂਆਂ ਵਾਲੇ ਹੈ ਤੇ ਜਾਤ ਇਹਦੀ ਮਨੁੱਖਾਂ ਵਾਲੀ ਹੈ। ਇੱਥੇ ਵੀ ਜਾਤ ਮਨੁੱਖਾਂ ਵਾਲੀ ਹੈ, ਕਰਮ ਜਿਹੜੇ ਆ ਇਹਦੇ ਡਰਾਉਣੇ ਤੇ ਭਿਆਨਕ ਤੇ ਖਤਰਨਾਕ ਹੈ। ਤੋ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਅਰਥ ਕੀਤੇ ਨੇ, ਉਹ ਹੈ ਗੁਜ਼ਰ ਗਿਆ, ਬੀਤਿਆ ਹੋਇਆ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੌਰ ਨਾਲ ਪੜ੍ਹੀਏ ਤਾਂ ਬਹੁਤ ਵਾਰੀ ਭੂਤ ਸ਼ਬਦ ਵੱਖ ਵੱਖ ਰੂਪਾਂ ਵਿੱਚ ਆਇਆ, ਜਿਸ ਸੰਸਕ੍ਰਿਤ ਦੇ ਮੁਤਾਬਕ ਉਹਦੇ ਅਰਥ ਹੁੰਦੇ ਨੇ। ਤੋ ਭੱਟ ਸਾਹਿਬਾਨਾਂ ਨੇ ਵੀ ਇਹ ਸ਼ਬਦ ਵਰਤਿਆ ਹੈ, ਮਾਰਿਓ ਕੰਟ ਕਾਲ ਗਰਜ ਧਾਬਤ ਲੀਓ ਬਰਜ ਪੰਚ ਭੂਤ ਏਕ ਕਰ ਰਾਖਲੇ ਸਮਝ। ਹੁਣ ਇੱਥੇ ਭੂਤ ਦਾ ਅਰਥ ਜਿਹੜਾ ਵਾ ਪੰਜ ਵਿਸ਼ੇ ਵਿਕਾਰ ਜਿਹੜੇ ਹੈ ਉਹਨਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੁਸੀਂ ਜਿਹੜਾ ਕਾਬੂ ਕਰ ਲਿਆ, ਆਪਣੀ ਕੈਦ ਵਿੱਚ ਕਰ ਲਿਆ, ਇੱਥੇ ਇਹ ਸ਼ਬਦ ਵਰਤਿਆ ਗਿਆ ਭੂਤ, ਤੇ ਭੂਤ ਦਾ ਅਰਥ ਹੈ ਪੰਜ ਉਹ ਵਿਕਾਰ ਜੀ। ਤੋ ਇੱਕ ਥਾਂ ਹੋਰ ਵੀ ਜਿਹੜਾ ਵਾ ਭੂਤ ਸ਼ਬਦ ਆ ਰਿਹਾ ਜੀ,
ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਣੀ ਬਾਣੀ ਦੇ ਵਿੱਚ ਸ਼ਬਦ ਵਰਤਿਆ ਭੂਤ। ਹੁਣ ਆਪਾਂ ਜਿਹੜਾ ਅੱਜ ਦਾ ਵਿਸ਼ਾ ਆਪਣਾ ਉਹ ਹੈ ਭੂਤ ਪ੍ਰੇਤ। ਪਹਿਲਾਂ ਆਪਾਂ ਭੂਤ ਵਿਚਾਰ ਲਈਏ ਕੀ ਹੈ, ਫਿਰ ਪ੍ਰੇਤ ਦੀ ਗੱਲ ਕਰਾਂਗੇ। ਤੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਸ਼ਬਦ ਵਰਤਿਆ ਹੈ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ। ਤੋ ਇਹ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤਿਆ ਹੈ ਕਿ ਜਿੰਨਾ ਕੁੱਝ ਤੂੰ ਸੰਸਾਰ ਵਿੱਚ ਪ੍ਰਕਿਰਤੀ ਵਿੱਚ ਜੋ ਕੁੱਝ ਅਸੀਂ ਦੇਖ ਰਹੇ ਤੂੰ ਪੈਦਾ ਕੀਤਾ ਇਹ ਸਾਰਾ ਹੀ ਤੇਰਾ ਰੂਪ ਸਰੂਪ ਹੈ। ਸਰਬ ਭੂਤ ਦਾ ਅਰਥ ਹੈ, ਇੱਥੇ ਭੂਤ ਦਾ ਅਰਥ ਹੈ ਜੀਵ, ਜਿੰਨੇ ਵੀ ਅਸੀਂ ਜੀਵ ਤੱਕਦੇ ਹਾਂ ਇਹ ਸਾਰਾ ਹੀ ਤੇਰਾ ਪਸਾਰਾ ਤੇ ਤੇਰਾ ਹੀ ਰੂਪ ਹਨ। ਤੋ ਮਹਾਰਾਜ ਜਦੋਂ ਇਹਦੀ ਅੱਗੇ ਹੋਰ ਵਿਆਖਿਆ ਕਰਦੇ ਹੈ ਤੇ ਗੁਰਬਾਣੀ ਦੇ ਅੰਦਰੋਂ ਸਾਨੂੰ ਇਹ ਵੀ ਗੱਲ ਮਿਲਦੀ ਹੈ, ਜੋ ਮੋਹ ਮਾਇਆ ਚਿੱਤ ਲਾਇਨ ਦੇ ਮੇਰੀ ਜਿੰਦੜੀ ਇਸੇ ਮਨਮੁਖ ਭੂਲ ਦੇ ਤਾਲੇ। ਬੇਤਾਲੇ ਹਿੰਦੂ ਇਤਿਹਾਸ ਵਿੱਚ ਇਹਦਾ ਜ਼ਿਕਰ ਆਉਂਦਾ, ਬੇਤਾਲੇ ਦਾ ਅਰਥ ਉਹ ਸਰੀਰ ਜਿਹੜੇ ਮੁਰਦਾ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਭੂਤ ਵਾਲੀ ਰੂਹ ਬਣ ਜਾਂਦੀ, ਭਾਵ ਬੀਤਿਆਂ ਹੋਇਆਂ ਨੂੰ ਗੁਜ਼ਰਿਆ ਹੋਇਆਂ ਨੂੰ ਜਿਹੜਾ ਵਾ ਬੇਤਾਲੇ ਆਖਿਆ ਜਾਂਦਾ। ਤੇ ਇਹ ਸ਼ਬਦ ਆਮ ਤੌਰ ਤੇ ਉਹਨਾਂ ਲੋਕਾਂ ਨੇ ਵੀ ਗੁਰੂ ਨਾਨਕ ਸਾਹਿਬ ਵਾਸਤੇ ਵਰਤਿਆ ਸੀ ਜਿਹੜੇ ਅਗਿਆਨੀ ਤੇ ਭਰਮਾਂ ਵਿੱਚ ਡੁੱਬੇ ਹੋਏ ਸੀ, ਕੋਈ ਆਖੇ ਭੂਤ ਨਾ ਉਹ ਕਹੇ ਬੇਤਾਲਾ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਉਹਨਾਂ ਨੂੰ ਚੰਗੀ ਨਾ ਲੱਗੀ, ਅਸਚਰਜ ਲੱਗੀ, ਨਵੇਕੀ ਲੱਗੀ, ਤੋ ਉਹਨਾਂ ਨੇ ਉਲਟਾ ਗੁਰੂ ਸਾਹਿਬ ਨੂੰ ਹੀ ਕਹਿਣਾ ਸ਼ੁਰੂ ਕੀਤਾ ਸੀ ਵੀ ਇਹ ਜਾਂ ਕੋਈ ਭੂਤਨਾ ਹੈ ਜਾਂ ਕੋਈ ਗੈਬੀ ਸ਼ਕਤੀ ਹੈ ਜਾਂ ਬੇਤਾਲਾ ਹੈ। ਹਰ ਗੱਲ ਦਾ ਜਵਾਬ ਸਾਨੂੰ ਬੜੇ ਸੁੰਦਰ ਤੇ ਜਿਹੜਾ ਵਾ ਸਿੱਧੇ ਸ਼ਬਦਾਂ ਵਿੱਚ ਦੇ ਦਿੰਦਾ ਕਰਕੇ ਇਹ ਕੋਈ ਜਾਂ ਤਾਂ ਗੈਬੀ ਸ਼ਕਤੀ ਹੈ ਜਾਂ ਭੂਤਨਾ ਹੈ ਜਾਂ ਬੇਤਾਲਾ ਹੈ। ਹੁਣ ਆਪਾਂ ਇਹਦੇ ਜਿਹੜਾ ਗੁਰਬਾਣੀ ਵਿੱਚੋਂ ਆਪਾਂ ਨੂੰ ਭੂਤ ਸ਼ਬਦ ਦੇ ਅਰਥ ਹੈ ਵੱਖ ਵੱਖ ਰੂਪਾਂ ਵਿੱਚ ਪ੍ਰਾਪਤ ਹੁੰਦੇ ਨੇ। ਅਸਲ ਵਿੱਚ ਇਹ ਗੁਜ਼ਰੇ ਹੋਏ ਵਾਸਤੇ ਜਾਂ ਬੀਤੇ ਹੋਏ ਵਾਸਤੇ ਜਿਹੜਾ ਸਮਾਜ ਲਈ ਵੀ ਨਹੀਂ ਕੰਮ ਆਉਂਦਾ, ਧਰਮ ਦੇ ਖੇਤਰ 'ਚ ਕੋਈ ਰੋਲ ਨਹੀਂ ਹੈ, ਸਮਾਜਿਕ ਖੇਤਰ ਵਿੱਚ ਕੋਈ ਰੋਲ ਨਹੀਂ ਹੈ, ਉਸ ਬੰਦੇ ਨੂੰ ਕਿਹਾ ਜਾਂਦਾ ਇਹ ਤਾਂ ਸੱਚਮੁੱਚ ਹੀ ਭੂਤ ਹੈ, ਬੀਤ ਚੁੱਕਿਆ ਗੁਜ਼ਰ ਗਿਆ, ਕਿਸੇ ਕੰਮ ਦਾ ਨਹੀਂ ਹੈ। ਉਹ ਬਾਣੀ ਨੇ ਵੀ ਸ਼ਬਦ ਵਰਤਿਆ ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧ ਫਿਰੇ ਬੇਤਾਲੇ। ਮਨਮੁਖ ਅੰਨਾ ਬੰਦਾ ਜਿਹੜਾ ਬੇਤਾਲਾ ਹੋਇਆ ਹੀ ਤੁਰਿਆ ਫਿਰਦਾ ਹੈ, ਭੂਤ ਨਾ ਬਣ ਕੇ ਭੱਜਿਆ ਫਿਰਦਾ ਹੈ। ਤੋ ਜਦੋਂ ਆਪਾਂ ਇਹਨੂੰ ਹੋਰ ਇਹਦੀ ਵਿਆਖਿਆ ਕਰਾਂਗੇ ਤੇ ਕਬੀਰ ਸਾਹਿਬ ਵਰਗੇ ਮਹਾਂਪੁਰਖਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਬੀਰ ਜਾ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਤੇ ਘਰ ਮਰਤ ਸਾਰ ਕੇ ਭੂਤ ਬਸੇ ਤਨ ਮਾਹੀ। ਕਬੀਰ ਸਾਹਿਬ ਤਾਂ ਕਹਿੰਦੇ ਵੀ ਉਸ ਘਰ ਵਿੱਚ ਉਹ ਘਰ ਸ਼ਮਸ਼ਾਨ ਘਾਟ ਵਰਗਾ ਹੀ ਹੈ, ਜਿੱਥੋਂ ਲੋਕ ਡਰਦੇ ਨੇ ਨਾ, ਵੈਸੇ ਲੋਕਾਂ ਦੀ ਇਹ ਮਨੌਤ ਹੈ ਵੀ ਸ਼ਮਸ਼ਾਨ ਘਾਟ ਵਿੱਚ ਮੁਰਦੇ ਸਾੜੇ ਜਾਂਦੇ ਨੇ ਤੇ ਉਹ ਮੁਰਦਿਆਂ ਦੀਆਂ ਰੂਹਾਂ ਜਿਹੜੀਆਂ ਉਹ ਇੱਥੇ ਘੁੰਮਦੀਆਂ ਰਹਿੰਦੀਆਂ, ਜਿਵੇਂ ਗਰੁੜ ਪ੍ਰਾਣ ਦਾ ਕਰਤਾ ਲਿਖਦਾ ਹੈ। ਭਾਵੇਂ ਕਿ ਅੱਜ ਤੱਕ ਗਰੁੜ ਪ੍ਰਾਣ ਇਸ ਗੱਲ ਤੇ ਵੀ ਚੁੱਪ ਹੈ ਜੋ ਕੁਝ ਅੱਜ ਬ੍ਰਾਹਮਣ ਨੇ ਧੜ ਲਿਆ ਹੈ, ਉੱਥੇ ਆ ਕੇ ਗਰੜ ਪ੍ਰਾਣ ਵੀ ਚੁੱਪ ਹੁੰਦਾ ਹੈ। ਗਰੜ ਪ੍ਰਾਣ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਮਰਨ ਤੋਂ ਬਾਅਦ ਜਿਹੜੀ ਪ੍ਰਾਣੀ ਦੀ ਰੂਹ ਹੈ ਉਹ ਪ੍ਰੇਤ ਬਣ ਕੇ ਭੂਤ ਬਣ ਕੇ 13 ਦਿਨ ਘੁੰਮਦੀ ਰਹਿੰਦੀ ਹੈ। ਇਸੇ ਕਰਕੇ ਹਿੰਦੂ ਘਰਾਣਿਆਂ ਵਿੱਚ ਜਿਹੜਾ ਵਾ ਬ੍ਰਾਹਮਣ ਨੂੰ ਸੱਦ ਕੇ ਗਰੜ ਪ੍ਰਾਣ ਦੀ ਕਥਾ ਜਿਹੜੀ ਆ ਉਹ ਸੁਣਾਈ ਜਾਂਦੀ ਹੈ। ਤੇ ਗਰੜ ਪ੍ਰਾਣ ਦੇ ਵਿੱਚ ਜਿਹੜਾ ਵਿਸ਼ਨੂੰ ਭਗਵਾਨ ਹੈ ਜੋ ਮੰਨਿਆ ਜਾਂਦਾ, ਉਹ ਗਰੜ ਨੂੰ ਸੰਬੋਧਨ ਹੋ ਕੇ ਸਾਰੀ ਗੱਲਬਾਤ ਜਿਹੜੀ ਆ ਉਹ ਆਪਣੇ ਸ਼ਬਦਾਂ ਨਾਲ ਦੱਸਦਾ ਹੈ ਕਿ ਹੇ ਗਰੜ ਜਿਹੜੀ ਮਨੁੱਖ ਦੀ ਰੂਹ ਹੈ ਉਹ 13 ਦਿਨ ਘੁੰਮਦੀ ਰਹਿੰਦੀ ਆ, ਉਹ ਡਰਾਉਣੀਆਂ ਧਾਹਾਂ ਜਿਹੜੀਆਂ ਮਾਰਦੇ ਨੇ ਹਰ ਰੋਜ਼ ਪਹਿਰ ਰਾਤ ਰਹਿੰਦੀਆਂ ਤੜਕੇ ਉੱਠ ਕੇ, ਜਿਹੜਾ ਪ੍ਰਾਣੀ ਦਾ ਕੋਈ ਰਿਸ਼ਤੇਦਾਰ ਪੁੱਤਰ ਧੀ
ਸੀਗੇ ਤਾਂ ਅੱਗੇ ਬਹੁਤ ਸਾਰਾ ਮੈਟਰ ਹੋ ਜਾਂਦਾ, ਕਿਉਂਕਿ ਜਿਵੇਂ ਆਪਾਂ ਕਹਿੰਦੇ ਹਾਂ ਵੀ ਪਹਿਲਾਂ ਤਾਂ ਉਹੀ ਪਰਿਵਾਰਕ ਮੈਂਬਰ ਹੁੰਦਾ ਜਿਹਨੂੰ ਜਿਹੜਾ ਘਰ 10 ਮਿੰਟ ਲੇਟ ਹੋ ਜਾਵੇ ਪਹੁੰਚੇ ਨਾ, ਤੇ ਉਹਦੀ ਉਡੀਕ ਕੀਤੀ ਜਾਂਦੀ, ਉਹਦੀ ਪੁੱਛ ਗਿੱਛ ਕੀਤੀ ਜਾਂਦੀ, ਉਹਦੇ ਬਾਰੇ ਪੜਤਾਲ ਕੀਤੀ ਜਾਂਦੀ ਹੈ ਵੀ ਕਿੱਥੇ ਰਹਿ ਗਿਆ, ਆਇਆ ਕਿਉਂ ਨਹੀਂ ਹੈ। ਤੋ ਉਸੇ ਪ੍ਰਾਣੀ ਦੇ ਬਾਬਤ ਫਿਰ ਘਰ ਵਿੱਚ ਕਈ ਪ੍ਰਕਾਰ ਦੀਆਂ ਸਮੱਗਰੀਆਂ ਤੁਹਾ ਕੇ ਜਾਂ ਕਈ ਪ੍ਰਕਾਰ ਦੇ ਹੋਰ ਧਰਮ ਦੇ ਨਾਂ ਤੇ ਕਰਮ ਕਾਂਡ ਕਰਕੇ ਅਸੀਂ ਕਹਿੰਦੇ ਉਹਦੀ ਰੂਹ ਜਿਹੜੀ ਸਾਡੇ ਘਰ ਦੇ ਨੇੜੇ ਵੀ ਨਾ ਫੜਕੇ ਜੀ। ਤੋ ਏਦਾਂ ਦਾ ਕੁਝ ਜਿਹੜਾ ਕਰਕੇ ਅਸੀਂ ਸਮਾਜ ਵਿੱਚ ਇੱਕ ਬਹੁਤ ਵੱਡਾ ਕਰਮ ਕਾਂਡ ਜਾਂ ਏਦਾਂ ਕਹਿ ਲਓ ਅੰਧ ਵਿਸ਼ਵਾਸ ਜਿਹੜਾ ਵਾ ਉਹ ਲੋਕਾਂ ਵਿੱਚ ਫੈਲਾ ਕੇ ਤੇ ਧਾਰਮਿਕ ਪੁਜਾਰੀਆਂ ਦਾ ਜਿਹੜਾ ਅਸੀਂ ਪੱਲੜਾ ਭਾਰੀ ਕਰ ਰਹੇ ਹਾਂ। ਤੋ ਜਿਹੜੀ ਮੈਂ ਗੱਲ ਕਰਨ ਲੱਗਾ ਸੀ, ਕਬੀਰ ਸਾਹਿਬ ਨੇ ਆਖਿਆ ਕਿ ਜਾ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀਂ। ਹੁਣ ਆਪਾਂ ਵੇਖਣਾ ਵੀ ਉਹ ਭੂਤ ਤਾਂ ਹੈ ਨਹੀਂ ਹੈ ਜਿਹੜੇ ਲੋਕ ਮੰਨਦੇ ਨੇ, ਪਰ ਜਿਹੜੇ ਭੂਤ ਗੁਰਬਾਣੀ ਨੇ ਆਖਿਆ ਉਹ ਤੁਰੇ ਫਿਰਦੇ ਨੇ, ਉਹ ਸੜਕਾਂ ਤੇ ਤੁਰੇ ਫਿਰਦੇ, ਉਹ ਗੱਡੀਆਂ ਕਾਰਾਂ ਮੋਟਰਾਂ ਵਿੱਚ ਬੈਠ ਕੇ ਤੁਰੇ ਫਿਰਦੇ ਨੇ, ਉਹ ਸੁੰਦਰ ਸੁੰਦਰ ਮਹਿਲਾਂ ਦੇ ਵਿੱਚ ਤੁਰੇ ਫਿਰਦੇ, ਉਹ ਪੱਬਾਂ ਕਲੱਬਾਂ ਵਿੱਚ ਤੁਰੇ ਫਿਰਦੇ ਹੈ, ਇੱਥੋਂ ਤੱਕ ਉਹ ਗੁਰਦੁਆਰਿਆਂ ਵਿੱਚ ਤੇ ਵੱਡੇ ਵੱਡੇ ਡੇਰਿਆਂ ਵਿੱਚ ਵੀ ਘੁੰਮਦੇ ਫਿਰਦੇ ਹੈ, ਸੰਪਰਦਾਵਾਂ ਦੇ ਰੂਪ ਵਿੱਚ ਵੀ ਉਹ ਭੂਤ ਘੁੰਮਦੇ ਫਿਰਦੇ ਨੇ। ਔਰ ਉਹਨਾਂ ਭੂਤਾਂ ਦੇ ਬਾਰੇ ਗੁਰਬਾਣੀ ਨੇ ਆਖਿਆ ਜਾ ਕਰ ਸਾਧਨਾ ਸੇਵੀਏ, ਜਿਸ ਘਰ ਵਿੱਚ ਮਾਲਕ ਵਾਹਿਗੁਰੂ ਦੀ ਗੱਲ ਨਹੀਂ ਹੈ, ਜਿੱਥੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਨਹੀਂ ਹੈ, ਏਦਾਂ ਕਹਿ ਲਓ ਕਿ ਸਾਡੇ ਬਜ਼ੁਰਗ ਇੱਕ ਕਹਾਵਤ ਦੇ ਰੂਪ ਵਿੱਚ ਮੁਹਾਵਰੇ ਦੇ ਰੂਪ ਵਿੱਚ ਕਿਹਾ ਕਰਦੇ ਸੀ, ਉਹ ਇੱਕ ਕਾਵਿ ਰੂਪ ਵਿੱਚ ਇੱਕ ਤੋਟਕੇ ਦੇ ਰੂਪ ਵਿੱਚ ਸੁਣਾਉਂਦੇ ਸੀ ਗੱਲ ਵੀ ਚੌਂਕੇ ਵਿੱਚ ਬਿਠਾਉਣਗੇ ਕੁੱਤਿਆਂ ਨੂੰ, ਸੇਵਾਦਾਰ ਰਹਿਣਾ ਰਹਿਣਗੇ ਭਾਈਆਂ ਦੇ, ਉੱਡ ਜਾਣਗੇ ਅਸਰ ਦਵਾਈਆਂ ਦੇ। ਕੀ ਕਹਿਣ ਤੋਂ ਭਾਵ ਕਿ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਦਾ ਸਤਿਕਾਰ ਨਹੀਂ ਹੋਵੇਗਾ, ਪ੍ਰੈਜੈਂਟ ਸਮੇਂ ਦੇ ਵਿੱਚ ਵੀ ਜੋ ਕੁਝ ਵਾਪਰਿਆ ਉਹ ਸੱਚ ਹੈ ਜੀ, ਉਹਨਾਂ ਦਾ ਸਤਿਕਾਰ ਖਤਮ ਹੋ ਜਾਏਗਾ, ਜਿਹੜੀਆਂ ਔਸ਼ਧੀਆਂ ਦਵਾਈਆਂ ਨੇ ਉਹਨਾਂ ਦੇ ਅਸਰ ਵੀ ਖਤਮ ਹੋ ਜਾਣਗੇ। ਤੋ ਏਦਾਂ ਦਾ ਸਮਾਂ ਜਿਹੜਾ ਵਾ ਉਹ ਇਹ ਇੱਕ ਭਵਿੱਖਬਾਣੀ ਦੇ ਰੂਪ ਵਿੱਚ ਗੱਲ ਕੀਤੀ ਗਈ ਹੈ, ਭਵਿੱਖਬਾਣੀ ਵੀ ਨਾ ਕਹੀਏ ਇਹਨੂੰ, ਆਪਾਂ ਇਹ ਕਹਿ ਲਈਏ ਵੀ ਸੱਚਮੁੱਚ ਆਉਣ ਵਾਲਾ ਸਮਾਂ ਏਦਾਂ ਦਾ ਹੀ ਵਾਪਰੀ ਜਾਂਦਾ ਹੈ। ਤੋ ਕਬੀਰ ਸਾਹਿਬ ਨੇ ਆਖਿਆ ਵੀ ਜਾ ਕਰ ਸਾਧਨਾ ਸੇਵੀਏ ਹਰ ਕੀ ਸੇਵਾ ਨਾ ਹੀ, ਜਿੱਥੇ ਰੱਬ ਦੇ ਪਿਆਰਿਆਂ ਦੀ ਕੋਈ ਗੱਲ ਹੀ ਨਹੀਂ ਹੁੰਦੀ, ਧਰਮ ਦੀ ਕੋਈ ਗੱਲ ਨਹੀਂ ਹੁੰਦੀ, ਸੇਵਾ ਦੀ ਕੋਈ ਗੱਲ ਨਹੀਂ ਹੈ, ਰੱਬ ਦੇ ਭਗਤਾਂ ਦਾ ਸਤਿਕਾਰ ਨਹੀਂ ਹੈ, ਸੱਚ ਬੋਲਣ ਵਾਲਿਆਂ ਨੂੰ ਧੂ ਕੇ ਕਟਹਿਰੇ ਚ ਖੜਾ ਕੀਤਾ ਜਾਂਦਾ ਹੈ ਜੀ, ਤੇ ਹਰ ਕੀ ਸੇਵਾ ਨਾ ਹੀ, ਮਾਲਕ ਵਾਹਿਗੁਰੂ ਦੀ ਬੰਦਗੀ ਦੀ ਗੱਲ ਕੋਈ ਨਹੀਂ ਹੈ। ਤਾਂ ਕਬੀਰ ਸਾਹਿਬ ਕਹਿੰਦੇ ਉਹ ਘਰ ਨੂੰ ਤੁਸੀਂ ਘਰ ਨਾ ਮੰਨੋ, ਉਹ ਤਾਂ ਘਰ ਇੱਕ ਸ਼ਮਸ਼ਾਨ ਘਾਟ ਹੈ, ਇਹ ਘਰ ਮਰਹਟ ਫਾਰ ਕੇ ਉਹ ਤਾਂ ਸ਼ਮਸ਼ਾਨ ਘਾਟ ਹੈ, ਤੇ ਉਸ ਘਰ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉੱਥੇ ਭਾਵੇਂ ਧੀ ਹੈ, ਪੁੱਤਰ ਹੈ, ਬੱਚਾ ਹੈ, ਪਤਨੀ ਹੈ, ਭਰਾ ਹੈ, ਮਾਂ ਬਾਪ ਹੈ, ਉਹਨਾਂ ਉਹ ਸਾਰੇ ਸਮੂਹ ਨੂੰ ਸਾਂਝੇ ਰੂਪ ਵਿੱਚ ਆਖਿਆ ਭੂਤ ਬਸੇ ਤਿੰਨ ਮਾਹੀ, ਉਸ ਘਰ ਵਿੱਚ ਰਹਿਣ ਵਾਲੇ ਸਾਰੇ ਹੀ ਭੂਤ ਹਨ। ਤੇ ਇੱਥੋਂ ਤੱਕ ਵੀ ਬਾਣੀ ਨੇ ਆਖਿਆ ਕਿ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਵਿਸ਼ੇ ਵਿਕਾਰਾਂ ਵਾਲੇ ਜੀਵਨ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ ਹੈ, ਜਿਹੜੇ ਬਾਰ ਬਾਰ ਉਹਦੇ ਵਿੱਚ ਜਨਮ ਮਰਨ ਦੇ ਗੇੜ ਵਿੱਚ ਹੀ ਪੈ ਰਹਿੰਦੇ ਨੇ ਲਗਾਤਾਰ ਹੀ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜ਼ੋਰੂ ਜਿਨ੍ਹਾਂ ਦਾ ਸਿਕਦਾਰ, ਉੱਥੇ ਆਖਿਆ ਪੁੱਤ ਵੀ ਭੂਤਨਾ ਹੈ, ਧੀ ਵੀ ਭੂਤਨੀ ਹੈ, ਤੇ ਜ਼ੋਰੂ ਦਾ ਅਰਥ ਕੱਲਾ ਔਰਤ ਨਹੀਂ ਹੈ, ਇੱਥੇ ਔਰਤ ਹੀ ਕੱਲੀ ਬੱਚਿਆਂ ਨੂੰ ਜਨਮ ਨਹੀਂ ਦਿੰਦੀ, ਔਰਤ ਤੇ ਮਰਦ ਦੇ ਸੁਮੇਲ ਤੋਂ ਬੱਚਾ ਪੈਦਾ ਹੁੰਦਾ ਹੈ, ਇੱਥੇ ਉਸ ਮਾਂ ਬਾਪ ਨੂੰ ਵੀ ਭੂਤਨੇ ਦੇ ਰੂਪ ਵਿੱਚ ਪੇਸ਼ ਕੀਤਾ ਗਿਆ, ਗੁਰੂ ਨਾਨਕ ਸਾਹਿਬ ਨੇ ਆਖਿਆ ਉਹ ਮਾਂ ਬਾਪ ਵੀ, ਉਹ ਧੀਆਂ ਪੁੱਤਰ ਵੀ, ਉਹ ਪੂਰਾ ਪਰਿਵਾਰ ਹੀ ਭੂਤਨਿਆਂ ਦਾ ਰੂਪ ਧਾਰਨ ਕਰਕੇ ਬੈਠਾ,
ਜਿੱਥੇ ਕੇਵਲ ਵਿਸ਼ੇ ਵਿਕਾਰੀ ਬਿਰਤੀ ਚੱਲ ਰਹੀ ਹੈ, ਜਿੱਥੇ ਆਪਣੀ ਐਸ਼ ਪ੍ਰਸਤੀ ਤੇ ਜੀਵਨ ਮਨੋਰਥ ਦਾ ਕੋਈ ਨਿਸ਼ਾਨਾ ਨਹੀਂ ਹੈ, ਕੇਵਲ ਸਵਾਰਥੀ ਤੇ ਆਪਣੀ ਨਿੱਜ ਬਿਰਤੀ ਤੋਂ ਉੱਪਰ ਉੱਠ ਕੇ ਕੋਈ ਕੰਮ ਨਹੀਂ ਹੋ ਰਿਹਾ, ਉਸ ਘਰ ਵਿੱਚ ਰਹਿਣ ਵਾਲੇ ਬੰਦਿਆਂ ਨੂੰ, ਧੀਆਂ ਪੁੱਤਰ ਜੋ ਵੀ ਹੈ ਪਰਿਵਾਰ ਦੇ ਮੈਂਬਰ, ਸਭਨਾਂ ਨੂੰ ਗੁਰਬਾਣੀ ਨੇ ਆਖਿਆ ਭੂਤ ਬਸੇ ਤਿੰਨ ਮਾਹੀ। ਤੋਂ ਕਈ ਵਾਰੀ ਅਸੀਂ ਜਿਹੜਾ ਵਾ ਉਧਰ ਨੂੰ ਗੱਲ ਜੋੜ ਦਿੰਦੇ ਹਾਂ ਵੀ ਅਸੀਂ ਆਪਣਾ ਛੁਟਕਾਰਾ ਕਰਵਾਉਣ ਦੇ ਲਈ ਵੀ ਸਾਨੂੰ ਥੋੜੀ ਬਾਣੀ ਨੇ ਆਖਿਆ ਵੀ ਇਹ ਭੂਤ ਹੈ, ਭੂਤ ਤਾਂ ਮਰਨ ਤੋਂ ਬਾਅਦ ਬਣਦਾ ਬੰਦਾ। ਸੱਚ ਜਾਣਿਓ ਇਹ ਏਦਾਂ ਹੈ ਵੀ ਜਿਵੇਂ ਅਸੀਂ ਆਪਣੇ ਕੀਤੇ ਕੰਮਾਂ ਨੂੰ ਲੁਕਾਉਣ ਦੇ ਲਈ ਗੁਰਬਾਣੀ ਨੂੰ ਵਰਤ ਲੈਂਦੇ ਹਾਂ, ਆਪਣੇ ਕੀਤੇ ਉਹਨਾਂ ਬੁਰੇ ਕੰਮਾਂ ਤੇ ਪਰਦਾ ਪਾਉਣ ਦੇ ਲਈ ਗੁਰਬਾਣੀ ਦੇ ਇੱਕ ਦੋ ਪ੍ਰਮਾਣ ਵਰਤ ਕੇ ਆਪਣਾ ਛੁਟਕਾਰਾ ਕਰਵਾ ਲੈਂਦੇ ਹਾਂ, ਪਰ ਉਹਨਾਂ ਭੂਤਾਂ ਨੂੰ ਬਾਣੀ ਨੇ ਭੂਤ ਨਹੀਂ ਆਖਿਆ ਜਿਨ੍ਹਾਂ ਨੂੰ ਅਸੀਂ ਭੂਤ ਮੰਨ ਕੇ ਬੈਠੇ ਹਾਂ। ਬਾਣੀ ਨੇ ਸਾਨੂੰ ਜਿਉਂਦੀਆਂ ਜਾਗਦੀਆਂ ਲਾਸ਼ਾਂ ਨੂੰ ਭੂਤ ਆਖਿਆ ਹੈ। ਤੋਂ ਕਦੇ ਵੇਖਣਾ ਜਿਹੜੇ ਜੇ ਤਾਂ ਭੂਤ ਸੱਚਮੁੱਚ ਸ਼ਮਸ਼ਾਨਾਂ ਵਿੱਚ ਉੱਠ ਕੇ ਆਉਂਦੇ ਆ, ਸੁੰਨਸ਼ਾਨ ਥਾਵਾਂ ਤੋਂ ਉੱਠ ਕੇ ਆਉਂਦੇ ਆ, ਪੁਰਾਣੇ ਜਿਹੜੇ ਦਰਖਤਾਂ ਦੇ ਉੱਤੋਂ ਉੱਠ ਕੇ ਆਉਂਦੇ ਆ ਜਾਂ ਪੁਰਾਣੀਆਂ ਬਿਲਡਿੰਗਾਂ ਚੋਂ ਉੱਠ ਕੇ ਆਉਂਦੇ ਆ, ਤੇ ਜਿਹੜੇ ਸ਼ਮਸ਼ਾਨ ਘਾਟ ਵਿੱਚ ਰਹਿਣ ਵਾਲੇ ਨਿੱਤ ਮੁਰਦਿਆਂ ਦੇ ਸੰਸਕਾਰ ਕਰਦੇ ਆ, ਤਾਂ ਫਿਰ ਤਾਂ ਉਹਨਾਂ ਦਾ ਰੋਜ਼ ਹੀ ਭੂਤ ਪ੍ਰੇਤਾਂ ਨਾਲ ਮਿਲਾਪ ਹੁੰਦਾ ਹੋਵੇ। ਉਹ ਤਾਂ ਫਿਰ ਨੇਤੀ ਭੂਤਾਂ ਪ੍ਰੇਤਾਂ ਦੇ ਨਾਲ ਜਿਹੜਾ ਵਾ ਗੱਲਾਂ ਬਾਤਾਂ ਕਰਦੇ ਹੋਣ, ਪਰ ਉਹਨਾਂ ਦੇ ਮੁਤਾਬਕ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਤਾਂ ਅੱਜ ਤੱਕ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਮੁਰਦੇ ਸਾੜ ਦਿੱਤੇ ਆ, ਪਰ ਅੱਜ ਤੱਕ ਸਾਨੂੰ ਤਾਂ ਕੋਈ ਭੂਤ ਮਿਲਿਆ ਨਹੀਂ। ਤੋਂ ਇੱਥੇ ਹੈਰਾਨਗੀ ਇਹ ਹੁੰਦੀ ਹੈ ਕਿ ਹੁਣ ਫਿਰ ਭੂਤ ਆਖੀਏ ਕਿਹਨੂੰ, ਹੁਣ ਭੂਤ ਕਹੀਏ ਕਿਹਨੂੰ, ਜੇ ਤਾਂ ਉਹ ਵੀ ਲੋਕ ਮੰਨਣ ਲਈ ਤਿਆਰ ਨਹੀਂ ਹੈ ਕਿ ਭੂਤ ਅਸੀਂ ਵੇਖੇ ਨਹੀਂ ਆ, ਅਸੀਂ ਤਾਂ ਸਾਨੂੰ ਤਾਂ ਮਿਲਿਆ ਕੋਈ ਨਹੀਂ ਆ, ਲੋਕ ਐਵੇਂ ਭੂਤ ਭੂਤ ਕਰੀ ਜਾਂਦੇ ਨੇ। ਤੇ ਜੇ ਆਪਾਂ ਗੁਰਬਾਣੀ ਵਿੱਚੋਂ ਪੜ੍ਹੀਏ ਤਾਂ ਮਹਾਰਾਜ ਕਹਿੰਦੇ ਵੀ ਤੂੰ ਐਵੇਂ ਕਿਸੇ ਨੂੰ ਭੂਤ ਨਾ ਕਹਿ, ਇੱਥੇ ਤਾਂ ਪੁੱਤ ਵੀ ਜਨੂਰਾ ਹੈ, ਧੀ ਵੀ ਜਨੂਰੀ ਹੈ, ਜ਼ੋਰੂ ਜਿਨ੍ਹਾਂ ਦਾ ਸਿੱਕਦਾਰ ਹੈ, ਇੱਥੇ ਧੀਆਂ ਪੁੱਤਰ ਮਾਂ ਬਾਪ ਸਾਕ ਸੰਬੰਧੀ ਰਿਸ਼ਤੇਦਾਰ ਸਾਰਿਆਂ ਵਿੱਚ ਝਾਤ ਮਾਰ ਕੇ ਵੇਖ, ਗੁਰਮਤ ਦੀ ਰੋਸ਼ਨੀ ਨਾਲ ਵੇਖ, ਕਿਤੇ ਇਹੋ ਹੀ ਤੇਰੇ ਸਾਹਮਣੇ ਭੂਤ ਬਣ ਕੇ ਤਾਂ ਨਹੀਂ ਤੁਰੇ ਫਿਰਦੇ। ਜਿਸ ਪਤਨੀ ਜਿਸ ਪਤੀ ਤੋਂ ਪਤਨੀ ਸੰਸਿਆਂ ਵਿੱਚ ਜਿਉਂਦੀ ਹੈ, ਸਾਹ ਭਰ ਭਰ ਕੇ ਜਿਉਂਦੀ ਹੈ, ਉਹਦੇ ਵਾਸਤੇ ਤਾਂ ਪਤੀ ਭੂਤ ਬਣ ਗਿਆ। ਜਿਹੜੇ ਬੱਚੇ ਮਾਂ ਬਾਪ ਤੋਂ ਡਰਦੇ ਹੋਏ ਸਹਿਕਦੇ ਹੋਏ ਰਾਤ ਨੂੰ ਸੌਂਦੇ ਨੇ, ਸਹਿਕਦੇ ਹੋਏ ਉੱਠਦੇ ਨੇ, ਉਹਨਾਂ ਵਾਸਤੇ ਤਾਂ ਜ਼ਾਲਮ ਬਿਰਤੀ ਵਾਲਾ ਮਾਂ ਬਾਪ ਹੀ ਜਿਹੜਾ ਵਾ ਭੂਤ ਬਣਿਆ ਖੜਾ ਹੈ। ਤੋ ਇਹਨੂੰ ਸੌਖੇ ਸ਼ਬਦਾਂ ਵਿੱਚ ਪੜ੍ਹਨਾ ਹੈ ਆਪਾਂ, ਤੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੈ ਨਾ, ਸਾਡੀ ਮਾਨਸਿਕ ਕਮਜ਼ੋਰ ਮਾਨਸਿਕਤਾ ਦੇ ਵਿੱਚੋਂ ਜਿਹੜੀ ਅਗਿਆਨਤਾ ਦਾ ਜਨਮ ਹੋ ਰਿਹਾ ਹੈ, ਅਗਿਆਨਤਾ ਦੇ ਵੱਸ ਪੈ ਕੇ ਅਸੀਂ ਐਵੇਂ ਵਹਿਮਾਂ ਭਰਮਾਂ ਵਿੱਚ ਪੈ ਕੇ ਅਸੀਂ ਡਰੇ ਹੋਏ ਹਾਂ। ਸਾਡੇ ਸਾਹਮਣੇ ਬ੍ਰਾਹਮਣ ਨੇ ਡਰ ਰੱਖਿਆ, ਤੇ ਬ੍ਰਾਹਮਣ ਨੇ ਜਿਹੜਾ ਗਰੜ ਪੁਰਾਣ ਦੀ ਜਿਹੜੀ ਆ ਵਿਚਾਰ ਸਾਡੇ ਵਿੱਚ ਪਾ ਕੇ ਕੁਝ ਏਦਾਂ ਦਾ ਸਾਨੂੰ ਦੱਸ ਛੱਡਿਆ ਵੀ ਆਤਮਾ ਏਦਾਂ ਜਾਂਦੀ ਨਹੀਂ ਤਾਂ ਵਾਪਸ ਆ ਜਾਂਦੀ, ਉਹ ਹੁੰਦਾ ਜੇ ਹੁੰਦਾ ਏਦਾਂ ਦੀਆਂ ਗੱਲਾਂ ਕਰਕੇ, ਜਿੱਥੇ ਗਰੜ ਪੁਰਾਣ ਚੁੱਪ ਹੋ ਜਾਂਦਾ ਉੱਥੇ ਬ੍ਰਾਹਮਣ ਆਪ ਬੋਲਣ ਲੱਗ ਪੈਂਦਾ ਹੈ। ਤੇ ਜਦੋਂ ਬ੍ਰਾਹਮਣ ਬੋਲਦਾ ਹੈ ਉਹਨੇ ਤਾਂ ਇੱਥੋਂ ਤੱਕ ਸਾਨੂੰ ਕਹਿ ਦਿੱਤਾ ਕਿ ਜੇ ਕਿਤੇ ਇੱਕ ਬਲਦਾ ਹੋਇਆ ਸਿਵਾ ਜਵਾਨ ਇਸਤਰੀ ਜਵਾਨ ਮਰਦ ਕੋਈ ਨੌਜਵਾਨ ਬੱਚਾ ਜਾਂ ਬੇਟੀ ਜਾਂ ਬੇਟਾ ਨੌਜਵਾਨ ਕੋਈ ਚੜ੍ਹਾਈ ਕਰ ਜਾਵੇ ਤਾਂ ਇਹ ਬ੍ਰਾਹਮਣ ਦੀ ਆਪਣੀ ਫਿਲਾਸਫੀ ਹੈ ਵੀ ਉਹਦੇ ਬਲਦੇ ਹੋਏ ਸਿਵੇ ਦੇ ਵਿੱਚੋਂ ਇੱਕ ਹੱਡੀ ਚੁੱਕ ਕੇ ਲਿਆਓ ਤੇ ਜੇ ਚੁੱਕ ਕੇ ਨਾ ਲੈ ਕੇ ਆਉਂਦੀ ਤੇ ਉਹ ਪ੍ਰੇਤ ਬਣ ਕੇ ਸਦਾ ਤੁਹਾਡੇ ਘਰ ਵਿੱਚ ਘੁੰਮਦਾ ਰਹੇਗਾ, ਉਹਦੀ ਗਤੀ ਨਹੀਂ ਹੋਵੇਗੀ। ਪਤਾ ਨਹੀਂ ਇਹ ਕਿਹੜੇ ਗ੍ਰੰਥਾਂ ਦੇ ਕਰਤਾ ਜਾਂ ਕਿਹੜੇ ਗ੍ਰੰਥਾਂ ਦੀ ਫਿਲਾਸਫੀ ਹੈ ਜਿਹੜੀ ਸ਼ਾਇਦ ਜਿਨ੍ਹਾਂ ਨੇ ਫੈਲਾਈ ਹੈ ਉਹ ਭਾਵੇਂ ਇਹਨੂੰ ਮੰਨਦੇ ਹੋਣ ਜਾਂ ਨਾ ਮੰਨਦੇ ਹੋਣ, ਅੱਜ ਉਹ ਲੋਕ ਜ਼ਿਆਦਾ ਮੰਨਦੇ ਆ
ਜਿਹੜੇ ਜੈਕਾਰੇ ਛੱਡਦੇ ਆ, ਜਿਹੜੇ ਗੁਰੂ ਮਾਨਿਓ ਗ੍ਰੰਥ ਕਹਿੰਦੇ ਆ, ਜਿਹੜੇ ਆਪਣੇ ਆਪ ਤੇ ਸਿੱਖ ਹੋਣ ਦਾ ਦਾਵਾ ਕਰਦੇ ਆ, ਅੱਜ ਉਹ ਇਹਨਾਂ ਭਰਮਾਂ ਵਿੱਚ ਵੀ ਪਏ ਹੋਏ ਵੇਖੇ ਜਾ ਸਕਦੇ ਆ। ਤੇ ਬ੍ਰਾਹਮਣ ਦਾ ਭਰਮ ਸੀ ਕਿ ਹੱਡੀ ਚੁੱਕ ਲਓ ਤਾਂ ਕਿ ਜਿਹੜੀ ਆਤਮਾ ਉਹ ਲੰਗੜੀ ਹੋ ਜਾਵੇ, ਉਹਦੀ ਜਦੋਂ ਇੱਕ ਹੱਡੀ ਪੂਰੀ ਨਾ ਹੋਵੇਗੀ ਤਾਂ ਦੁਬਾਰਾ ਵਾਪਸ ਕਿਵੇਂ ਆਵੇਗੀ। ਤੋ ਐਸੇ ਭਰਮ ਸਾਡੇ ਸਿੱਖਾਂ ਨੇ ਮੰਨ ਲਏ, ਸਾਡੇ ਪਰਿਵਾਰਾਂ ਨੇ ਮੰਨ ਲਏ, ਸਾਡੇ ਜਿਹੜੇ ਬੁੱਧੀਜੀਵੀ ਸੀ ਉਹ ਵੀ ਇਹਨਾਂ ਤੇ ਜਿਹੜਾ ਵਾ ਕੰਪਰੋਮਾਈਜ਼ ਕਰਕੇ ਬੈਠ ਗਏ ਆ ਕਿ ਸ਼ਾਇਦ ਹੋ ਸਕਦਾ ਹੋਣਾ ਹੈ ਕਿ ਏਦਾਂ ਵੀ ਹੋ ਗਿਆ ਹੋਵੇ। ਇੱਕ ਮੈਂ ਮਹਾਂਪੁਰਸ਼ ਦੀ ਜਿਹੜੀ ਹੈ ਲਿਖੀ ਹੋਈ ਕਿਤਾਬ ਜਿਹਨੂੰ ਬੜੀ ਪ੍ਰਮਾਣਿਕ ਮੰਨਿਆ ਜਾਂਦਾ, ਮੈਂ ਨਾਂ ਲੈਣ ਤੋਂ ਗੁਰੇਜ਼ ਕਰਾਂਗਾ, ਉਹਦੇ ਸਫ਼ਾ ਨੰਬਰ ਜੇ ਮੈਂ ਭੁੱਲਾਂ ਨਾ ਤੇ 61-62 ਦੇ ਉੱਪਰ ਇਹ ਘਟਨਾ ਜਿਹੜੀ ਲਿਖੀ ਹੋਈ ਹੈ ਕਿ ਇੱਕ ਮਾਈ ਜਿਹੜੀ ਹੈ ਉਹਨੂੰ ਸੁਪਨੇ ਵਿੱਚ ਉਹਦਾ ਪੁੱਤਰ ਮਿਲਿਆ ਤੇ ਉਹਨੇ ਸੁਪਨੇ ਵਿੱਚ ਹੀ ਇਹ ਵੇਖਿਆ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਹਨੇਰੇ ਵਿੱਚ ਤੁਰ ਰਿਹਾ। ਜਿਵੇਂ ਬ੍ਰਾਹਮਣ ਕਹਿੰਦਾ ਸੀ ਵੀ 300 ਜਿਹੜੇ 65 ਦੀਵੇ ਜਗਾਓ, ਉਹਦੀਆਂ ਵੱਟੀਆਂ ਲਾਓ, ਉਹਦੇ ਚ ਤੇਲ ਪਾਵੋ ਤਾਂ ਕਿ ਜਿਹੜੀ ਆਤਮਾ ਹੈ ਉਹਨੂੰ ਅੱਗੇ ਚਾਨਣ ਮਿਲੇ, ਉਹਨੇ ਰਸਤੇ ਵਿੱਚ ਹਨੇਰੇ ਰਸਤੇ ਵਿੱਚ ਲੰਘਣਾ ਹੈ। ਤੇ ਮਾਂ ਦੇਖਦੀ ਹੈ ਕਿ ਜਿਹੜਾ ਮੇਰਾ ਪੁੱਤਰ ਚੜ੍ਹਾਈ ਕੀਤਾ ਉਹਦੇ ਰਸਤੇ ਚ ਹਨੇਰਾ ਹੈ ਤੇ ਬਾਕੀਆਂ ਦੇ ਚਾਨਣ ਹੈ। ਤੇ ਜਦੋਂ ਪੁੱਤਰ ਸੁਪਨੇ ਵਿੱਚ ਆਇਆ ਤੇ ਮਾਂ ਨੇ ਪੁੱਛਿਆ ਵੀ ਪੁੱਤ ਤੇਰੇ ਅੱਗੇ ਹਨੇਰਾ ਕਿਉਂ, ਬਾਕੀਆਂ ਅੱਗੇ ਚਾਨਣ ਹੈ। ਤੇ ਮਹਾਂਪੁਰਖ ਬ੍ਰਹਮ ਗਿਆਨੀ ਜੀ ਲਿਖਦੇ ਨੇ ਕਿ ਉਸ ਮਾਂ ਦੇ ਪੁੱਤ ਨੇ ਜਵਾਬ ਦਿੱਤਾ ਕਿ ਮਾਂ ਜਦੋਂ ਤੂੰ ਰੋਨੀ ਹੈ ਨਾ ਮੈਨੂੰ ਯਾਦ ਕਰ ਕਰਕੇ ਤੇ ਤੇਰੇ ਹੰਝੂਆਂ ਨਾਲ ਮੇਰਾ ਦੀਵਾ ਬੁੱਝ ਜਾਂਦਾ ਹੈ, ਤੇ ਦੀਵਾ ਬੁੱਝਣ ਕਰਕੇ ਮੇਰੇ ਰਾਹ ਵਿੱਚ ਹਨੇਰਾ ਹੋ ਜਾਂਦਾ ਹੈ ਤੇ ਗਪੌੜ ਦੀ ਕੋਈ ਸੀਮਾ ਨਹੀਂ ਹੁੰਦੀ। ਮੈਂ ਬੇਨਤੀ ਕਰਾਂ ਜਿਹੜੇ ਜਿਨ੍ਹਾਂ ਨੇ ਗਪੌੜ ਘੜੇ ਨੇ, ਜਿਨ੍ਹਾਂ ਨੇ ਇਹ ਗੱਪਾਂ ਤਿਆਰ ਕੀਤੀਆਂ ਨੇ, ਉਹਨਾਂ ਨੂੰ ਜਿਹੜਾ ਵਾ ਵੀ ਅਸੀਂ ਬੁੱਧੀਜੀਵੀ ਵੀ ਨਹੀਂ ਕਹਿ ਸਕਦੇ, ਜਿਨ੍ਹਾਂ ਨੇ ਸਾਡੀ ਕੌਮ ਦਾ ਬੜਾ ਭਾਰੀ ਨੁਕਸਾਨ ਕੀਤਾ ਹੈ ਅਜਿਹੀਆਂ ਮਨਮਤਾਂ ਫੈਲਾ ਫੈਲਾ ਕੇ। ਤੋਂ ਮੈਂ ਬੇਨਤੀ ਕਰ ਰਿਹਾ ਸੀ ਕਿ ਅੱਜ ਸਾਡਾ ਬਹੁਤ ਸਾਰਾ ਜਿਹੜਾ ਸਮਾਜ ਹੈ, ਸਿੱਖ ਸਮਾਜ ਕਹਿ ਰਿਹਾ ਤੇ ਕੁੱਝ ਬੁੱਧੀਜੀਵੀ ਖਵਾਉਣ ਵਾਲੇ ਵੀ ਇਸ ਬ੍ਰਾਹਮਣੀ ਸੋਚ ਵਿੱਚ ਏਦਾਂ ਵਹਿ ਗਏ ਕਿ ਉਹ ਵੀ ਡਰੀ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਵੀ ਕਰੀ ਜਾਂਦੇ ਨੇ, ਪੜ੍ਹੀ ਵੀ ਜਾਂਦੇ ਨੇ, ਸੁਣੀ ਵੀ ਜਾਂਦੇ, ਫਿਰ ਵੀ ਡਰੀ ਜਾਂਦੇ ਨੇ ਇਸ ਗੱਲ ਤੋਂ ਵੀ ਜਿਹੜੀ ਆਤਮਾ ਜੀ ਵੇਖੋ ਉਹ ਹੈ ਤਾਂ ਕੋਈ ਚੀਜ਼ ਹੈ, ਉਹ ਜਾਂਦੀ ਤਾਂ ਹੈ, ਕਿਤੇ ਨਾ ਕਿਤੇ ਲੱਗਦੀ ਤਾਂ ਹੈ, ਜੇ ਉਹਦੀ ਗਤੀ ਨਾ ਹੋਵੇ ਉਹ ਤਾਂ ਘਰ ਦੇ ਦੁਆਲੇ ਦੁਆਲੇ ਘੁੰਮਦੀ ਰਹਿੰਦੀ ਹੈ। ਘੜਾ ਭੰਨਣ ਵਰਗੀਆਂ ਰਸਮਾਂ ਵੀ ਆਤਮਾ ਨੂੰ ਭਜਾਉਣ ਦੇ ਲਈ ਹੈ। ਜਿਹੜੀ ਆਤਮਾ ਨੂੰ ਜਿਉਂਦੇ ਰੱਖਣਾ ਹੈ ਉਹ ਆਤਮਾ ਨੂੰ ਬਾਅਦ ਵਿੱਚ ਭਜਾ ਰਹੇ ਨੇ ਵੀ ਭਜਾ ਦਿਓ ਜੀ, ਇਹ ਆਤਮਾ ਭਜਾ ਦਿਓ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਤੂੰ ਆਤਮਕ ਤੌਰ ਤੇ ਜਿਉਂਦਾ ਰਹਿ। ਤੋ ਇਹ ਭਰਮੀ ਲੋਕਾਂ ਨੇ ਅਜਿਹੀਆਂ ਗੱਲਾਂ ਜਿਹੜੀਆਂ ਵਾ ਪ੍ਰਚਲਿਤ ਕਰ ਦਿੱਤੀਆਂ। ਹੁਣ ਇੱਕ ਸ਼ਬਦ ਵਾ ਪ੍ਰੇਤ, ਪ੍ਰੇਤ ਤੋਂ ਜਿਹੜਾ ਭੂਤ ਤੇ ਪ੍ਰੇਤ ਇਹ ਵੈਸੇ ਅਸੀਂ ਇਕੱਠਾ ਸ਼ਬਦ ਬੋਲ ਦਿੰਦੇ ਹਾਂ, ਗੁਰਬਾਣੀ ਦੇ ਅੰਦਰ ਵੀ ਇਹ ਸ਼ਬਦ ਬਹੁਤ ਵਾਰੀ ਸਤਿਗੁਰੂ ਜੀ ਨੇ ਵਰਤਿਆ ਹੈ। ਮਹਾਰਾਜ ਕਹਿੰਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਜਿਹੜਾ ਮਾਇਆ ਦੇ ਮੋਹ ਵਿੱਚ ਗਲਤਾਨ ਹੋ ਗਿਆ, ਜਿਹੜਾ ਮਾਇਆ ਦੇ ਮੋਹ ਵਿੱਚ ਭਿੱਜ ਕੇ ਜਿਉਂਦਾ ਹੈ, ਕਾਮਕ ਬਿਰਤੀ ਨਾਲ ਜਿਉਂਦਾ ਹੈ, ਹੰਕਾਰੀ ਬਿਰਤੀ ਨਾਲ ਜਿਉਂਦਾ, ਮਹਾਰਾਜ ਕਹਿੰਦੇ ਹੈ ਹੀ ਪ੍ਰੇਤ ਹੈ। ਤੋ ਪ੍ਰੇਤ ਦੀ ਜ਼ਿੰਦਗੀ ਦਾ ਜਿਹੜਾ ਵਾ ਉਹ ਸਿਲਸਿਲਾ ਏਦਾਂ ਦਾ ਹੈ ਕਿ ਪ੍ਰੇਤ ਵੈਸੇ ਮੁਰਦੇ ਨੂੰ ਆਖਿਆ ਗਿਆ ਕਿ ਇੱਕ ਜੀਵ ਦਾ ਨਾਮ ਵੀ ਪ੍ਰੇਤ ਹੈ। ਆਮ ਤੌਰ ਤੇ ਉਹ ਦਰਿਆਵਾਂ ਦੇ ਵਿੱਚ ਜਿਹੜਾ ਵਾ ਉਹ ਮਿਲਦਾ ਹੈ, ਜੀਵ ਦਾ ਨਾਮ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਵਰਤਿਆ ਸ਼ਬਦ, ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ। ਸ਼ੂਕਰ ਦਾ ਅਰਥ ਹੈ ਸੂਰ ਤੇ ਮਿਰਗਾਚ ਦਾ ਮਿਰਗਾਂ ਦਾ ਸ਼ਿਕਾਰ ਕਰਨ ਵਾਲਾ ਸ਼ੇਰ। ਇੱਥੇ ਜੀਵਾਂ ਦਾ ਅਰਥ ਜੀਵਾਂ ਦਾ ਜਿਹੜਾ ਵਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਕਿ ਕਰੋੜਾਂ ਹੀ ਏਦਾਂ ਦੇ ਹਨ, ਪ੍ਰੇਤ ਹਨ,
ਪ੍ਰੇਤ ਇੱਕ ਜੀਵ ਦਾ ਨਾਮ ਹੈ, ਕੋਈ ਮੁਰਦੇ ਦਾ ਨਾਮ ਨਹੀਂ। ਵੈਸੇ ਹਿੰਦੂ ਮਿਥਿਹਾਸ ਵਿੱਚ ਮੁਰਦੇ ਨੂੰ ਪ੍ਰੇਤ ਆਖਿਆ ਗਿਆ। ਤੋ ਮੁਰਦਾ ਹੋਈ ਜ਼ਮੀਰ ਦਾ ਨਾਮ ਅਸਲ ਵਿੱਚ ਪ੍ਰੇਤ ਹੈ, ਜਿਸ ਦੇ ਅੰਦਰੋਂ ਸੱਚ ਮਰ ਗਿਆ, ਜਿਨ੍ਹਾਂ ਦੇ ਅੰਦਰੋਂ ਸੱਚ ਹੀ ਖਤਮ ਹੋ ਗਿਆ, ਜਿਨ੍ਹਾਂ ਨੂੰ ਸੱਚ ਬੋਲਣ ਦੀ ਜਾਚ ਹੀ ਭੁੱਲ ਗਈ, ਉਹ ਹੈ ਹੀ ਪ੍ਰੇਤ ਨੇ। ਉਹ ਸਤਿਗੁਰੂ ਦੀ ਬਾਣੀ ਨੇ ਵੀ ਇਹ ਬਚਨ ਵਰਤਿਆ ਹੈ। ਮਹਾਰਾਜ ਆਖਦੇ ਜਿਸ ਵਿਸਰਤ ਤਨ ਭਸਮ ਹੋਏ, ਹੁਣ ਤਨ ਦਾ ਸਰੀਰ ਜਿਸ ਵਿਸਰਤ ਦਾ ਅਰਥ ਹੈ ਜਿਹਨੂੰ ਵਿਸਰ ਗਿਆ, ਜਿਹਨੂੰ ਸੱਚ ਭੁੱਲ ਗਿਆ, ਜਿਹਨੂੰ ਰੱਬ ਭੁੱਲ ਗਿਆ, ਜਿਹਨੂੰ ਜੀਵਨ ਦਾ ਜਿਹੜਾ ਵਾ ਤੌਰ ਤਰੀਕਾ ਢੰਗ ਤਰੀਕਾ ਭੁੱਲ ਗਿਆ, ਉਹ ਤਨ ਹੈ ਹੀ ਪ੍ਰੇਤ ਵਰਗਾ ਹੈ, ਉਹ ਤਾਂ ਭਸਮ ਹੈ, ਉਹ ਤਾਂ ਸਵਾਹ ਵਰਗਾ ਹੈ। ਤੇ ਸਵਾਹ ਕਿੱਥੇ ਹੁੰਦੀ ਹੈ? ਸ਼ਮਸ਼ਾਨ ਦੇ ਵਿੱਚ ਡਰਦਾ ਕਿੱਥੋਂ ਬੰਦਾ? ਸ਼ਮਸ਼ਾਨ ਦੇ ਵਿੱਚੋਂ ਜਾ ਕੇ ਡਰਦਾ ਹੈ। ਤੇ ਇੱਥੇ ਗੁਰਦੇਵ ਜੀ ਨੇ ਆਖਿਆ ਕਿ ਜਿਹਨਾਂ ਦਾ ਤਾਂ ਹੀ ਭਸਮ ਹੋ ਗਿਆ, ਜਿਹਨਾਂ ਨੂੰ ਰੱਬ ਭੁੱਲ ਗਿਆ, ਉਹ ਪ੍ਰੇਤ ਵਰਗੇ ਹੀ ਹੈ। ਜਿਸ ਵਿਸਰਤ ਤਨ ਭਸਮ ਹੋਏ, ਕਹਿਤੇ ਸਭ ਪ੍ਰੇਤ। ਸੋ ਨਾਲੇ ਵੀ ਆਖਿਆ ਜਿਤ ਦਿਨ ਦੇਹ ਬਿਨਸਸੀ ਤੇ ਤਵੇਲੇ ਕੈਸਨ ਪ੍ਰੇਤ। ਹੁਣ ਇੱਥੇ ਦੇਹ ਦਾ ਅਰਥ ਵੈਸੇ ਸਾਡੇ ਬੁੱਧੀਜੀਵੀ ਇਹ ਕਰਦੇ ਆ ਵੀ ਸਰੀਰ ਜਦੋਂ ਬਿਨਸ ਜਾਂਦਾ ਹੈ ਉਦੋਂ ਸਾਰੇ ਪ੍ਰੇਤ ਆਖਦੇ ਨੇ, ਚਲੋ ਇਹ ਵੀ ਮੰਨ ਲਿਆ ਜਾਵੇ। ਪਰ ਗੁਰਬਾਣੀ ਵਿੱਚ ਦੇਹ ਦੇ ਅਰਥ ਵੀ ਆਪਾਂ ਪੜ੍ਹਨੇ ਆ। ਸਤਿਗੁਰੂ ਜੀ ਨੇ ਬਾਣੀ 'ਚ ਜਦੋਂ ਦੇਹ ਦੇ ਅਰਥ ਕੀਤੇ ਆ, ਉਦੋਂ ਇਹ ਆਖਿਆ ਗੁਰਦੇਵ ਜੀ ਨੇ, ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਤੇ ਭਗਤੀ ਜੀਵਨ ਵਿੱਚ ਹੈ ਤੇ ਤਾਂ ਦੇਹ ਹੈ, ਅਦਰਵਾਈਜ਼ ਇਹਨੂੰ ਦੇਹ ਨਹੀਂ ਆਖਿਆ ਜਾ ਸਕਦਾ। ਤੇ ਇੱਥੇ ਮਹਾਰਾਜ ਜਿਤ ਵਿਸਰਤ ਤਨ ਭਸਮ ਹੋਏ, ਜਿਹਨੂੰ ਵਿਸਰ ਗਿਆ ਉਹਦਾ ਤਨ ਭਸਮ ਹੈ, ਸਵਾਹ ਵਰਗਾ ਹੈ, ਉਹ ਤਨ ਨਾ ਮੰਨੇ, ਉਹਨੂੰ ਸਰੀਰ ਨਾ ਮੰਨੇ। ਜਿਤ ਦਿਨ ਦੇਹ ਬਿਨ ਸਸੀ, ਜਿਸ ਦਿਨ ਭਗਤੀ ਤੇ ਸੇਵਾ ਖਤਮ ਹੋ ਗਈ ਉਸ ਦਿਨ ਦੇਹ ਖਤਮ। ਤਿਤ ਵੇਲੇ ਕੈਸਨ ਪ੍ਰੇਤ, ਬਾਕੀ ਉਹਦਾ ਪਾਠ ਜਿਹੜਾ ਉਹ ਪ੍ਰੇਤ ਹੀ ਹੈ, ਬਾਕੀ ਹਿੱਸਾ ਪ੍ਰੇਤ ਵਰਗਾ ਹੀ ਹੈ। ਜਿਵੇਂ ਪ੍ਰੇਤ ਬਰੇਤੇ ਤੇ ਲੇਟਦਾ ਹੈ, ਪ੍ਰੇਤ ਜਿਹੜਾ ਵਾ ਉਹ ਸਰਦੀ ਦੇ ਦਿਨਾਂ ਵਿੱਚ ਧੱਸ ਜਾਂਦਾ ਹੈ ਰੇਤੇ ਵਿੱਚ, ਜਦੋਂ ਗਰਮੀ ਦੇ ਦਿਨ ਆਉਂਦੇ ਆ, ਜਿਵੇਂ ਜਿਵੇਂ ਗਰਮੀ ਆਉਂਦੀ ਹੈ ਉਹ ਕਈ ਵਾਰ ਬਰੇਤੇ ਤੇ ਆ ਕੇ ਲੇਟਦਾ ਵੀ ਹੈ। ਤੋ ਪ੍ਰੇਤ ਦਾ ਦੂਜਾ ਅਰਥ ਮੁਰਦਾ ਵੀ ਹੈ, ਮੁਰਦੇ ਵਰਗਾ ਹੀ ਹੈ ਉਹ, ਸਮਝੋ ਜਿਹਦੇ ਅੰਦਰੋਂ ਗੁਰੂ ਦੀ ਸੇਵਾ ਤੇ ਭਗਤੀ ਵਰਗਾ ਗੁਣ ਖਤਮ ਹੋ ਗਿਆ, ਉਹਨੂੰ ਗੁਰਬਾਣੀ ਨੇ ਇਹੀ ਆਖਿਆ ਕਹਿਤੇ ਸਭ ਪ੍ਰੇਤ। ਤੇ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇ, ਗੁਰੂ ਗਿਆਨ ਨੂੰ ਸਮਝ ਲਵੇ, ਗੁਰੂ ਦੇ ਬਚਨਾਂ ਨੂੰ ਸਮਝ ਲਵੇ। ਤੇ ਮਹਾਰਾਜ ਕਹਿੰਦੇ ਫਿਰ ਪ੍ਰੇਤ ਤੋਂ ਦੇਵਤਾ ਵੀ ਬਣ ਸਕਦਾ ਹੈ। ਤੇ ਪਰ ਜੇ ਰੱਬ ਦੀ ਭਗਤੀ, ਜੇ ਰੱਬੀ ਗੁਣ ਜੀਵਨ ਚ ਨਹੀਂ ਨਾ, ਹਰ ਭਾਵ ਹਰ ਭਗਤ ਭਾਵ ਹੀਣ, ਭਗਤੀ ਪ੍ਰੇਮਾ ਰੂਪੀ ਭਗਤੀ ਤੋਂ ਹੀਣਾ ਮਨੁੱਖ, ਮਾਲਕ ਦੀ ਬੰਦਗੀ ਤੋਂ ਸੱਖਣਾ ਮਨੁੱਖ, ਹਰ ਭਗਤ ਭਾਵ ਹੀਣ ਨਾਨਕ ਪ੍ਰਭ ਵਿਸਰਤ ਪ੍ਰੇਤਤਾ। ਉਹ ਪ੍ਰੇਤ ਵਰਗਾ ਹੀ ਹੈ, ਪ੍ਰਭੂ ਵਿਸਰ ਗਿਆ, ਮਾਲਕ ਵਿਸਰ ਗਿਆ, ਪ੍ਰੇਤ ਵਰਗਾ ਹੀ ਹੈ। ਜਿਵੇਂ ਪ੍ਰੇਤ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ, ਆਪਣੀ ਮਰਜ਼ੀ ਦਾ ਕੁਝ ਖਾਣ ਪੀਣ ਨਹੀਂ ਹੈ, ਮਰਜ਼ੀ ਦਾ ਕੋਈ ਰਹਿਣ ਸਹਿਣ ਨਹੀਂ ਹੈ। ਤੋ ਮੈਂ ਹੁਣ ਸੌਖੇ ਸ਼ਬਦਾਂ ਵਿੱਚ ਸਮਝਣ ਦੇ ਲਈ ਗੁਰਬਾਣੀ ਦਾ ਇੱਕ ਪ੍ਰਮਾਣ ਸਾਂਝਾ ਕਰਕੇ ਆਪਾਂ ਸਮਾਜਿਕ ਜੀਵਨ ਤੇ ਗੱਲ ਲੈ ਕੇ ਆਵਾਂਗੇ। ਪ੍ਰੇਤੋਂ ਕੀ ਤੋਨ ਦੇਵਤਾ ਤਿੰਨ ਕਰਨੇ ਹਾਰੇ। ਪ੍ਰੇਤ ਤੋਂ ਦੈਵੀ ਗੁਣਾਂ ਵਾਲੇ ਵੀ ਮੇਰਾ ਮਾਲਕ ਬਣਾ ਦਿੰਦਾ ਹੈ, ਬਸ ਸ਼ਰਤ ਹੈ ਅਸੀਂ ਪ੍ਰੇਤ ਵਰਗਾ ਸੁਭਾਅ ਤਿਆਗ ਦੇਈਏ, ਅਸੀਂ ਉਹ ਭੂਤ ਬਿਰਤੀ ਤਿਆਗ ਦੇਈਏ, ਡਰਾਉਣੀ ਤੇ ਭਿਆਨਕ ਤੇ ਖੌਫਨਾਕ ਜਿਹੜੀ ਆਪਣੀ ਵਿਚਾਰਧਾਰਾ ਪਾਲ ਕੇ ਤੁਰੇ ਫਿਰਦੇ ਹਾਂ ਨਾ, ਉਹਨੂੰ ਛੱਡ ਦੇਈਏ। ਜਦੋਂ ਅਸੀਂ ਉਸ ਬਿਰਤੀ ਨੂੰ ਤਿਆਗ ਦੇਵਾਂਗੇ, ਛੱਡ ਦੇਵਾਂਗੇ, ਸੱਚਮੁੱਚ ਉਸ ਦਿਨ ਅਸੀਂ ਦੈਵੀ ਗੁਣਾਂ ਵਾਲੇ ਬਣ ਜਾਵਾਂਗੇ। ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ, ਜਿਨ ਮਾਨਸ ਤੇ ਦੇਵਤੇ ਕੀਏ,
ਕਰਤ ਨਾ ਲਾਗੀ ਵਾਰ, ਗੁਰੂ ਦੇ ਵਿੱਚ ਤਾਕਤ ਹੈ, ਗੁਰੂ ਵਿੱਚ ਕੁਆਲਿਟੀ ਹੈ, ਗੁਰੂ ਕੋਲ ਇਹ ਬੜਾ ਵੱਡਾ ਗੁਣ ਹੈ। ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਗੁਰੂ ਦੈਵੀ ਗੁਣਾਂ ਵਾਲੇ ਬਣਾ ਦਿੰਦਾ ਹੈ। ਔਰ ਜਿਸ ਦਿਨ ਸਾਡੇ ਕੋਲ ਇਹ ਗੁਣ ਆ ਗਿਆ, ਸਾਡੇ ਕੋਲ ਇਹ ਵਿਚਾਰਧਾਰਾ ਆ ਗਈ ਕਿ ਸੱਚਮੁੱਚ ਅਸੀਂ ਆਪਣਾ ਸੁਭਾਅ ਤਿਆਗਣਾ ਹੈ, ਕ੍ਰੋਧੀ ਬਿਰਤੀ ਤਿਆਗਣੀ, ਵਿਸ਼ੇ ਵਿਕਾਰਾਂ ਵਾਲੀ ਬਿਰਤੀ ਤਿਆਗਣੀ ਹੈ, ਜ਼ੁਲਮੀ ਬਿਰਤੀ ਤਿਆਗਣੀ ਹੈ, ਆਪਣਾ ਸੁਭਾਅ ਤਿਆਗ ਕੇ ਮੈਂ ਗੁਰੂ ਵਾਲਾ ਸੁਭਾਅ ਲੈਣਾ ਹੈ, ਉਸ ਦਿਨ ਅਸੀਂ ਦੈਵੀ ਗੁਣਾਂ ਵਾਲੇ ਬਣ ਕੇ ਦੇਵਤੇ, ਅਸਲੀ ਦੇਵਤੇ ਬਣਾਂਗੇ, ਉਹ 33 ਕਰੋੜ ਵਾਲੇ ਦੇਵਤੇ ਨਹੀਂ, ਅਸਲੀ ਦੇਵਤੇ ਦੈਵੀ ਗੁਣਾਂ ਵਾਲੇ, ਰਵੀ ਗੁਣਾਂ ਵਾਲੇ ਅਸੀਂ ਉਸ ਦਿਨ ਬਣ ਜਾਵਾਂਗੇ। ਤੋ ਜੇ ਅੱਜ ਅਸੀਂ ਸਮਾਜ ਵਿੱਚ ਵੇਖੀਏ ਝਾਤ ਮਾਰ ਕੇ, ਤੇ ਸਾਡਾ ਆਲਾ ਦੁਆਲਾ ਜਿੰਨਾ ਵੀ ਹੈ ਉਹ ਭੂਤਾਂ ਪ੍ਰੇਤਾਂ ਦਾ ਇੱਥੇ ਤੁਰਿਆ ਫਿਰਦਾ ਹੈ, ਇੱਥੇ ਤਾਂ ਗੁਰਦੁਆਰਿਆਂ ਵਿੱਚ ਭੂਤ, ਡੇਰੇ ਤੇ ਸੰਪਰਦਾਵਾਂ ਵਿੱਚ ਭੂਤ, ਜਿਨ੍ਹਾਂ ਨੇ ਆਪਣੀ ਰੂਪ ਰੇਖਾ ਵੀ ਵਿਗਾੜ ਲਈ, ਜਿਨ੍ਹਾਂ ਨੇ ਆਪਣੇ ਸਿਧਾਂਤ ਵਿਗਾੜ ਲਏ, ਜਿਨ੍ਹਾਂ ਆਪਣੀ ਮਾਨਸਿਕਤਾ ਵਿਗਾੜ ਲਈ ਹੈ, ਜਿਨ੍ਹਾਂ ਨੇ ਇੱਥੋਂ ਤੱਕ ਕਿ ਸਾਡੀ ਕੌਮ ਦਾ ਲਿਬਾਸ ਵੀ ਵਿਗਾੜ ਕੇ ਰੱਖ ਦਿੱਤਾ ਤੇ ਕੌਮ ਦੀ ਵਿਚਾਰਧਾਰਾ ਜਿਹੜੀ ਉਹ ਵੀ ਵਿਗਾੜ ਕੇ ਰੱਖ ਦਿੱਤੀ, ਉਹ ਭੂਤ ਨਹੀਂ ਤਾਂ ਹੋਰ ਕੀ ਹੈ। ਅੱਜ ਜਿਨ੍ਹਾਂ ਤੋਂ ਕੌਮ ਵੀ ਡਰਦੀ ਹੈ, ਕਦੇ ਸਾਡੇ ਸੱਭਿਆਚਾਰ ਵਿੱਚ ਇਹ ਗੱਲ ਆਉਂਦੀ ਹੈ, ਸਾਡੇ ਇਤਿਹਾਸ ਵਿੱਚ ਗੱਲ ਆਉਂਦੀ ਹੈ, ਕਦੇ ਜਿਹੜਾ ਬਾਣੀ ਤੇ ਬਾਣੀ ਦੇ ਵਿੱਚ ਰੰਗੇ ਹੋਏ ਉਹਨਾਂ ਰੂਹਾਂ ਨੂੰ ਵੇਖ ਕੇ ਇੱਥੋਂ ਦੀਆਂ ਬਹੁ ਬੇਟੀਆਂ ਕਹਿੰਦੀਆਂ ਸੀ, ਸ਼ਹੀ ਬਾਬਾ ਸ਼ਹੀ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕਸ਼ ਵਾਲਿਆ, ਰਨ ਗਈ ਬਸਰੇ ਨੂੰ ਗਈ, ਨਹੀਂ ਤਾਂ ਇੱਥੋਂ ਦੇ ਆਏ ਧਾੜਵੀ ਜ਼ਾਲਮ ਲੋਕ ਸਾਨੂੰ ਬਸਰੇ ਦੀ ਮੰਡੀ ਵਿੱਚ ਵੇਚ ਦੇਣਗੇ, ਆ ਬਾਬਾ ਤੂੰ ਬੜਾ ਬਾਣੀ ਬਾਣੀ ਦਾ ਰੰਗਿਆ ਹੋਇਆ ਹੈ, ਸਾਡੀ ਇੱਜ਼ਤ ਦਾ ਰਖਵਾਲਾ ਬਣ। ਅੱਜ ਤੁਸੀਂ ਝਾਤ ਮਾਰ ਕੇ ਵੇਖੋ, ਬਾਣੀ ਪੜ੍ਹੀ ਚਾਹੇ ਨਹੀਂ ਪੜ੍ਹੀ, ਬਾਣਾ ਪਹਿਨ ਲਿਆ, ਪਰ ਬਾਣੀ ਨਾ ਹੋਣ ਕਰਕੇ ਬਿਰਤੀ ਜਿਹੜੀ ਉਹ ਭੂਤਾਂ ਵਾਲੀ ਬਣ ਗਈ ਹੈ, ਜ਼ੁਲਮ ਕਰਨ ਲੱਗਿਆਂ, ਧੱਕਾ ਕਰਨ ਲੱਗਿਆਂ, ਆਪਣਾ ਮਨੁੱਖ ਨੂੰ ਸ਼ਿਕਾਰ ਬਣਾਉਣ ਲੱਗਿਆਂ 5 ਮਿੰਟ ਵੀ ਨਹੀਂ ਲਾਉਂਦੇ। ਉਹਨਾਂ ਅਜਿਹੇ ਬੰਦਿਆਂ ਨੂੰ ਕੀ ਕਹੋਗੇ ਜਿਨ੍ਹਾਂ ਤੋਂ ਡਰ ਲੱਗਦਾ ਹੈ, ਜਿਨ੍ਹਾਂ ਨੂੰ ਵੇਖ ਕੇ ਲੋਕ ਕਦੇ ਸਤਿਕਾਰ ਦੀ ਭਾਸ਼ਾ ਨਾਲ ਬੋਲਦੇ ਸੀ, ਅੱਜ ਕਹਿੰਦੇ ਸੀ ਵੀ ਨਹੀਂ ਇਹਨਾਂ ਤੋਂ ਬਚੋ, ਇਹ ਠੱਗ ਨੇ, ਇਹ ਲੁਟੇਰੇ ਨੇ, ਜ਼ੁਲਮੀ ਬਿਰਤੀ ਵਾਲੇ ਨੇ, ਧਾੜਵੀ ਲੋਕ ਨੇ, ਇਹਨਾਂ ਤੋਂ ਬਚਣ ਦੀ ਲੋਕ ਹੈ, ਇਹਨਾਂ ਲਿਬਾਸ ਧਰਮ ਦਾ ਪਹਿਨਿਆ ਹੋਇਆ ਹੈ। ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸ਼ਬਦ ਵਾਰ ਵਾਰ ਆਏ ਨੇ, ਤੇ ਇਹਨਾਂ ਸ਼ਬਦਾਂ ਦੇ ਅਰਥ ਜਿਹੜੇ ਆ ਅਸੀਂ ਆਉਣ ਵਾਲੇ ਫਿਊਚਰ ਵਿੱਚ ਨਾ ਲਈਏ, ਅਸੀਂ ਪ੍ਰੈਜੈਂਟ ਸਮੇਂ ਤੇ ਟੁਕਾ ਕੇ ਵੇਖੀਏ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਭੂਤ ਤੁਰੇ ਫਿਰਦੇ ਨੇ, ਜਿਨ੍ਹਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਐਵੇਂ ਸ਼ਮਸ਼ਾਨ ਘਾਟ ਵਿੱਚੋਂ ਨਾ ਡਰੋ, ਐਵੇਂ ਪੁਰਾਣੇ ਦਰਖਤਾਂ ਤੋਂ ਨਾ ਡਰੋ, ਐਵੇਂ ਉਹਨਾਂ ਨੌਜਵਾਨ ਧੀਆਂ ਬੱਚੀਆਂ ਜਾਂ ਬੱਚੇ ਜਿਹੜੇ ਭਰ ਜਵਾਨੀ ਦੀ ਉਮਰ ਵਿੱਚ ਚੜ੍ਹਾਈ ਕਰ ਜਾਂਦੇ, ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ। ਡਰਨਾ ਤੇ ਆ ਜਿਹੜੇ ਸਾਡੇ ਸਾਹਮਣੇ ਰਿਸ਼ ਬਿਰਤੀ ਵਾਲੇ ਲੋਕ ਤੁਰੇ ਫਿਰਦੇ ਨੇ, ਜਿਹੜੇ ਆਪਣੇ ਆਪ ਨੂੰ ਧਾਰਮਿਕ ਵੀ ਅਖਵਾਉਂਦੇ ਨੇ ਤੇ ਲੋਕਾਂ ਤੇ ਜ਼ੁਲਮ ਵੀ ਕਰਦੇ ਨੇ, ਪੈਲੀਆਂ ਤੇ ਕਬਜ਼ੇ ਕਰਦੇ, ਫਿਰ ਇੱਥੋਂ ਤੱਕ ਗੋਲੀਆਂ ਦਾ ਸ਼ਿਕਾਰ ਵੀ ਬਣਾਉਂਦੇ ਨੇ, ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਤੋਂ ਡਰ ਲੱਗ ਰਿਹਾ ਆਮ ਬੰਦੇ ਨੂੰ? ਉਹ ਹੈ ਹੀ ਭੂਤ ਨੇ, ਪਰ ਅਸੀਂ ਤਾਂ ਅੱਜ ਤੱਕ ਭੁਲੇਖੇ ਵਿੱਚ, ਗਰੜ ਪ੍ਰਾਣ ਦੀ ਉਹ ਸਿੱਖਿਆ ਮੁਤਾਬਕ ਭੁਲੇਖੇ ਵਿੱਚ ਰਹਿ ਕੇ ਅਜੇ ਅਸੀਂ ਗੈਬੀ ਭੂਤ ਮੰਨੀ ਜਾਂਦੇ। ਸਾਡੇ ਤਾਂ ਆਲੇ ਦੁਆਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭੂਤ ਤੁਰੇ ਫਿਰਦੇ ਨੇ। ਬਾਬੇ ਨੇ ਸਾਡੇ ਘਰਾਂ ਤੋਂ ਲੈ ਕੇ ਸਮਾਜ ਤੱਕ ਸਾਨੂੰ ਦੱਸ ਦਿੱਤਾ ਵੀ ਕਿੱਧਰ ਕਿੱਧਰ ਭੂਤ ਤੁਰੇ ਫਿਰਦੇ ਨੇ, ਕਿੱਧਰ ਕਿੱਧਰ ਪ੍ਰੇਤ ਦਾ ਰੂਪ ਤੁਰਿਆ ਫਿਰਦਾ ਹੈ। ਜੋ ਮੋਹ ਮਾਇਆ ਚਿੱਤ ਲਾਇੰਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬੇਤਾਲੇ। ਸਾਡੀ ਮਾਨਸਿਕਤਾ ਦਾ ਜ਼ਿਕਰ ਕਰ ਦਿੱਤਾ,
ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਸਾਡੇ ਘਰ ਦਾ ਵੀ ਜ਼ਿਕਰ ਕਰ ਦਿੱਤਾ ਹੈ। ਜਾ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਹੀ ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਿਨ ਮਾਹੀ ਤੇਰੇ ਇੱਥੋਂ ਤੱਕ ਵੀ ਕਹਿ ਦਿੱਤਾ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਉਹ ਤੋਂ ਵੱਡਾ ਪ੍ਰੇਤ ਹੋਰ ਕੌਣ ਹੋ ਸਕਦਾ ਜਿਹਨੇ ਰੱਬ ਦੇ ਨਾਮ ਦੀ ਗੱਲ ਨੂੰ ਜਾਣਿਆ ਹੀ ਨਹੀਂ, ਜਿਹਨੇ ਉਹਦਾ ਸ਼ੁਕਰ ਹੀ ਨਹੀਂ ਕੀਤਾ। ਜਦੋਂ ਬੰਦਾ ਰੱਬ ਨੂੰ ਤਾਨੇ ਮਿਹਣੇ ਦਿੰਦਾ ਉਦੋਂ ਪ੍ਰੇਤ ਹੀ ਤਾਂ ਹੁੰਦਾ ਹੈ ਕਿ ਤੂੰ ਮਾਨਸ ਜਨਮ ਪਾ ਕੇ ਸ਼ੁਕਰ ਨਹੀਂ ਕਰ ਸਕਿਆ ਤੇ ਤੇਰੇ ਤੋਂ ਵੱਡਾ ਪ੍ਰੇਤ ਕਿਹੜਾ ਹੋ ਸਕਦਾ ਹੈ। ਮਾਨਸ ਜਨਮ ਪਾ ਕੇ ਆਪਣੀ ਮਾਨਸਿਕਤਾ ਵਿੱਚ ਸ਼ੁਕਰ ਸ਼ਬਦ ਨਹੀਂ ਲੈ ਕੇ ਤੂੰ ਆਇਆ ਤੇ ਤੇਰੇ ਤੋਂ ਵੱਡਾ ਪ੍ਰੇਤ ਕੌਣ ਹੋ ਸਕਦਾ। ਤੂੰ ਪ੍ਰੇਤਾਂ ਤੋਂ ਡਰਦਾ, ਤੇਰੇ ਤੋਂ ਲੋਕ ਡਰਦੇ ਨੇ। ਯਾਦ ਰੱਖਣਾ ਜਿਨ੍ਹਾਂ ਤੋਂ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਨਾ, ਸ਼ਾਇਦ ਉਹ ਵੀ ਗੈਬੀ ਸ਼ਕਤੀ ਵਰਗੀ ਜਿਹੜੇ ਗੈਬੀ ਸ਼ਕਤੀ ਬਿਆਨ ਕੀਤੀ ਭੂਤਾਂ ਦੀ, ਉਹ ਤੋਂ ਉਹ ਵੀ ਡਰਦੇ ਹੋਣ। ਪਰ ਮਹਾਰਾਜ ਉਸ ਵਕਤ ਕਹਿੰਦੇ ਵੀ ਤੂੰ ਕਿਉਂ ਡਰਦਾ, ਤੇਰੇ ਤੋਂ ਤਾਂ ਲੋਕ ਡਰਦੇ ਨੇ। ਹੁਣ ਇਹੀ ਹਾਲਤ ਸਾਡੀ ਸਮਾਜਿਕ ਰਾਜਨੀਤਿਕ ਧਾਰਮਿਕ ਲੋਕਾਂ ਦੀ ਬਣ ਚੁੱਕੀ ਹੈ। ਰਾਜਨੀਤਿਕ ਲੋਕ ਜਨਤਾ ਲਈ ਭੂਤ ਬਣ ਗਏ ਨੇ, ਸਾਧ ਲੋਕ ਆਮ ਸੰਗਤ ਲਈ ਭੂਤ ਬਣ ਗਏ ਨੇ। ਇੱਥੋਂ ਤੱਕ ਅੱਜ ਨਸ਼ੇੜੀ ਲੋਕ ਜਿਹੜੇ ਨੇ ਉਹ ਆਮ ਔਰਤਾਂ ਨੂੰ, ਜਿਹੜੇ ਪਿੰਡਾਂ ਨਾਲ ਸੰਬੰਧ ਰੱਖਣ ਵਾਲੀਆਂ ਔਰਤਾਂ ਨੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੂੰ ਤੁਸੀਂ ਮਨੁੱਖ ਸਮਝਦੀਆਂ? ਉਹ ਕਹਿੰਦੀਆਂ ਵੀ ਰੱਬ ਦਾ ਵਾਸਤਾ ਜੇ, ਦੁਆਈ ਰੱਬ ਦੀ, ਅਸੀਂ ਤਾਂ ਮਨੁੱਖ ਅੱਜ ਤੱਕ ਵੇਖੇ ਹੀ ਨੀ। ਜਿਵੇਂ ਇੱਕ ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਹਾਂ ਨਾ, ਉਹਦੀ ਇੱਕ ਪੇਸ਼ਕਾਰੀ ਕੀਤੀ ਹੈ ਵਿਦਵਾਨ ਵੀਰਾਂ ਨੇ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਦੋਂ ਕੌਡੇ ਦੇ ਕੋਲ ਗਏ ਤੇ ਕੌਡੇ ਨੂੰ ਆਖਿਆ ਵੀ ਤੂੰ ਬੰਦੇ ਖਾਨਾ, ਉਹ ਕਹਿੰਦਾ ਮਹਾਰਾਜ ਵੇਖੇ ਹੀ ਪਹਿਲੇ ਦਿਨ ਹਾਂ, ਮੈਂ ਤਾਂ ਵੇਖੇ ਹੀ ਪਹਿਲੇ ਦਿਨ ਅੱਜ ਬੰਦੇ, ਮੈਂ ਤਾਂ ਬੰਦੇ ਵੇਖੇ ਹੀ ਨੀ, ਮੈਂ ਤਾਂ ਪਸ਼ੂ ਬਿਰਤੂਆਂ ਨੂੰ ਖਾਂਦਾ ਰਿਹਾ। ਏਦਾਂ ਕਿਤੇ ਪਿੰਡਾਂ ਦਾ ਸਰਵੇ ਕਰਕੇ ਵੇਖਿਆ ਜਾਵੇ ਤੇ ਪਿੰਡਾਂ ਦੇ ਵਿੱਚ ਔਰਤਾਂ ਇਹ ਗੱਲ ਕਹਿੰਦੀਆਂ ਕਿ ਜਿਹੜੇ ਨਸ਼ੇ ਵੇਚਣ ਵਾਲੇ ਜਾਂ ਨਸ਼ੇ ਪੀਣ ਵਾਲੇ, ਉਹ ਸਾਨੂੰ ਤਾਂ ਮਰਦ ਨਹੀਂ ਦੀਦੇ, ਸਾਨੂੰ ਤਾਂ ਮਨੁੱਖ ਨਹੀਂ ਦੀਦੇ, ਉਹਨਾਂ ਵਿੱਚੋਂ ਵੀ ਭੂਤ ਦਿਸਦੇ ਆ। ਆ ਜਿਹੜੇ ਰਾਜਨੀਤਿਕ ਲੋਕ ਲਾਰੇ ਲੱਪੇ ਲਾ ਕੇ ਚਲੇ ਜਾਂਦੇ ਆ, ਇਹ ਵੀ ਤਾਂ ਭੂਤ ਹੀ ਨੇ। ਤੇ ਜਿਹੜੇ ਬਾਬਾਵਾਦ ਡੇਰਾਵਾਦ ਜਿੰਨਾ ਭਰਮ ਧਰਮ ਦੇ ਨਾਂ ਤੇ ਫੈਲਾ ਰਿਹਾ, ਇਹ ਵੀ ਤੇ ਭੂਤ ਹੀ ਨੇ। ਇਹਨਾਂ ਵਰਗੇ ਪ੍ਰੇਤ ਕੌਣ ਹੋ ਸਕਦੇ ਨੇ? ਤੋ ਇਸ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਮਝਣਾ ਪੈਣਾ ਹੈ ਕਿ ਪ੍ਰੈਜੈਂਟ ਸਮੇਂ ਦੇ ਵਿੱਚ ਭੂਤ ਵੇਖੋ, ਐਵੇਂ ਉਹਨਾਂ ਭੂਤਾਂ ਦਾ ਜ਼ਿਕਰ ਨਾ ਕਰੀ ਜਾਓ ਜਿਹੜੀਆਂ ਗੈਬੀ ਸ਼ਕਤੀਆਂ ਗਰੜ ਪ੍ਰਾਣ ਵਰਗੀ ਚੀਜ਼ ਨੇ ਬਿਆਨ ਕੀਤੀਆਂ ਨੇ। ਤੋ ਇਹਦੇ ਇੱਥੋਂ ਸਾਨੂੰ ਸਮਝ ਲੱਗਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਖਦੀ ਹੈ ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਉਹ ਪ੍ਰੇਤ ਹੀ ਹੈ, ਉਹ ਭੂਤ ਹੀ ਹੈ ਜਿਹਨੇ ਰੱਬ ਦੇ ਨਾਮ ਨੂੰ ਨਹੀਂ ਜਾਣਿਆ। ਬਹੁਤੇ ਲੋਕ ਕਹਿ ਦਿੰਦੇ ਜੀ ਲੈ ਸਾਨੂੰ ਸੁਪਨੇ ਵਿੱਚ ਮਿਲਿਆ, ਮੈਂ ਤਾਂ ਤ੍ਰਭਕ ਗਿਆ, ਇਉਂ ਲੱਗਾ ਵੀ ਜਿਵੇਂ ਸਾਡੇ ਘਰ ਦੇ ਮੂਹਰੇ ਆ ਗਿਆ ਹੁੰਦਾ। ਇਤਿਹਾਸਿਕ ਗੱਲਾਂ ਜਿਹੜੀਆਂ ਵਾ ਬਹੁਤ ਲੋਕ ਕਰਦੇ ਸੁਣੇ ਜਾਂਦੇ ਨੇ, ਉਹ ਅਸਲ ਵਿੱਚ ਉਹਨਾਂ ਦੀ ਜਿਹੜੀ ਆ ਮੈਂਟਲੀ ਪ੍ਰੋਬਲਮ ਹੁੰਦੀ ਹੈ। ਉਹ ਜੋ ਕੁਝ ਆਪਣੀ ਸਿਮਰਤੀ ਦੇ ਵਿੱਚ ਸੋਚਦੇ ਆ ਉਹ ਪੂਰਾ ਨਹੀਂ ਹੁੰਦਾ, ਸਿਰਫ ਉਹਦਾ ਸੁਪਨਾ ਹੀ ਲੈ ਲੈਂਦੇ ਆ। ਤੇ ਜਦੋਂ ਸੁਪਨਾ ਲੈਂਦੇ ਆ ਨਾ, ਸੁਪਨੇ ਵਿੱਚ ਫਿਰ ਉਹ ਜੋ ਘਟਨਾ ਵਾਪਰ ਜਾਂਦੀ ਉਹਨੂੰ ਬਿਆਨ ਕਰ ਦਿੰਦੇ ਆ ਵੀ ਆਹ ਵੇਖੋ ਜੀ ਸਾਡੇ ਨਾਲ ਵਾਪਰ ਗਿਆ, ਏਦਾਂ ਹੋਇਆ। ਤੋ ਇਹ ਸਾਰੀਆਂ ਗੱਲਾਂ ਸਾਡੀ ਖਰਾਬ ਮਾਨਸਿਕਤਾ ਦੀ ਨਿਸ਼ਾਨੀ ਹੁੰਦੀ ਹੈ। ਭੂਤ ਪ੍ਰੇਤ ਹੋ ਸਕਦਾ ਖੁਦ ਅਸੀਂ ਹੋਈਏ, ਅਸੀਂ ਖੁਦ ਹੀ ਭੂਤ ਪ੍ਰੇਤ ਬਣੇ ਹੋਈਏ ਜਿਹੜੇ ਅਸੀਂ ਭੂਤ ਪ੍ਰੇਤਾਂ ਦੀ ਡੈਫੀਨੇਸ਼ਨ ਬਿਆਨ ਕਰਦੇ ਰਹਿੰਦੇ ਹਾਂ। ਤੋ ਏਦਾਂ ਦਾ ਕੁਝ ਸਾਡੇ ਸਮਾਜ ਵਿੱਚ ਬਹੁਤ ਸਾਰਾ ਹੈ ਜੀ। ਤੇ ਉਹ ਮੈਂ ਇੱਕ ਦੁੱਖ ਜਿਹੜੀ ਗੱਲ ਕਰ ਰਿਹਾ ਸੀ ਬਈ, ਸਾਡੇ ਮਨਾਂ ਦੇ ਵਿੱਚ ਇਹ ਜਿਹੜੇ ਡਰ ਜਾਂ ਵਹਿਮ ਇਹ ਪਾਇਓ ਆ, ਇਹ ਪਹਿਲਾਂ ਤਾਂ ਸਾਡੇ ਘਰਾਂ ਚੋਂ ਪਾਏ ਜਾਂਦੇ ਆ ਜੀ ਜੀ, ਤੇ
ਹੁਣ ਮੁਸ਼ਕਿਲ ਇਹ ਆ, ਮੈਂ ਕਈ ਵਾਰੀ ਸੋਚਦਾ ਹੁੰਦਾ ਕਿਉਂਕਿ ਜਿੰਨੇ ਵੀ ਪਿਛਲੇ ਹਫ਼ਤੇ ਵੀ ਅਸੀਂ ਇੱਕ ਮੀਟਿੰਗ 'ਚ ਗੱਲ ਕਰਦੇ ਸੀ, ਸਰਵ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਵੀ ਇੰਟਰਫੇਥ, ਵੱਖ ਵੱਖ ਧਰਮਾਂ ਦੇ ਸਾਰੇ ਲੋਕ ਇਕੱਠੇ ਹੁੰਦੇ, ਉਹ ਇੱਕ ਗੱਲ 'ਤੇ ਜ਼ਰੂਰ ਸਹਿਮਤ ਸੀ ਵੀ ਇਸ ਵੇਲੇ ਦੁਨੀਆਂ ਦੇ ਵਿੱਚ ਜਿਹੜਾ ਪਰਿਵਾਰਕ ਯੂਨਿਟ ਹੈ, ਪਰਿਵਾਰਕ ਇਕਾਈ ਆ, ਫੈਮਿਲੀ ਯੂਨਿਟ ਹੈ, ਉਹ ਟੁੱਟ ਚੁੱਕਾ। ਜੀ ਜੀ, ਦੇਖੋ ਮਾਂ ਨੂੰ ਕੁਛ ਨਹੀਂ ਪਤਾ ਮੈਂ ਬੱਚੇ ਦੇ ਮਨ ਵਿੱਚ ਕੀ ਪੋਲਿਊਟ ਕਰ ਰਹੀ ਹਾਂ, ਮਤਲਬ ਕੀ ਮੈਂ ਗੰਦ ਪਾ ਰਹੀ ਹਾਂ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਮਾਂ ਕੀ ਕਰਦੀ ਆ, ਟੈਲੀਵਿਜ਼ਨ ਲਾ ਕੇ ਬੱਚੇ ਨੂੰ ਮੂਹਰੇ ਬਿਠਾਲ ਦਿੰਦੀ ਆ ਵੀ ਚਲੋ ਇਹ ਚੁੱਪ ਕਰ ਰਹੂ ਤਾਂ ਮੈਂ ਆਪਣਾ ਕੰਮ ਕਰ ਲਵਾਂ। ਜੀ ਜੀ, ਹੁਣ ਉਹ ਇਹ ਅਸੀਂ ਕਈ ਵਾਰੀ ਕਿਉਂਕਿ ਇੱਥੇ ਤੱਕ ਸਾਡੀ ਵੈਸੇ ਸਾਡੇ ਖਾਸ ਤੌਰ 'ਤੇ ਪੰਜਾਬੀਆਂ ਦੀ ਸਿੱਖਾਂ ਦੀ ਇਸ ਤੱਕ ਸੋਝੀ ਨਹੀਂ ਗਈ, ਕਿਉਂਕਿ ਅਸੀਂ ਇਹ ਕਹਿੰਦੇ ਲਓ ਜੀ ਦੇਖਣ ਨਾਲ ਕੀ ਹੋ ਜਾਂਦਾ, ਆ ਦੇਖਣ ਦੇ ਪੁਆੜੇ ਆ ਸਾਰੇ। ਬਿਲਕੁਲ ਜੀ ਬਿਲਕੁਲ। ਦੇਖੋ ਆਪਾਂ ਇੱਥੇ ਥੋੜੀ ਜਿਹੀ ਇੱਕ ਗੱਲ ਹੋਰ ਸਾਂਝੀ ਕਰ ਦਈਏ ਛੋਟੀ ਜੀ। ਜੀ, ਜੋ ਜੋ ਅੱਜ ਸਾਡਾ ਛੋਟਾ ਬੱਚਾ ਹੈ, ਜਿਸ ਤਰ੍ਹਾਂ ਉਹ ਟੀਵੀ ਮਾਧਿਅਮ ਦੇ ਰਾਹੀਂ ਜੋ ਕੁਝ ਦੇਖਦਾ ਹੈ ਜਾਂ ਸੀਰੀਅਲ ਦੇਖਦਾ ਹੈ, ਜੇ ਮਿਸਾਲ ਦੇ ਤੌਰ ਤੇ ਰਮਾਇਣ ਦੇਖਦਾ ਹੈ, ਪਹਿਲਾਂ ਚੱਲਦੀ ਹੁੰਦੀ ਸੀ ਟੀਵੀ ਤੇ ਰਮਾਇਣ ਦੇਖਦਾ ਸੀ, ਜਾਂ ਅੱਜ ਕੱਲ ਕੋਈ ਵੀ ਸੀਰੀਅਲ ਚੱਲਦਾ ਹੈ, ਤਾਂ ਉਹਦੇ ਵਿੱਚ ਤਾਂ ਜਿਹੜਾ ਵਾ ਇੱਦਾਂ ਦੇ ਸ਼ਕਤੀਆਂ ਲਾ ਕੇ ਦਿਖਾਉਂਦੇ ਨੇ ਤੇ ਬੱਚੇ ਉਹਦੇ ਤੋਂ ਪ੍ਰਭਾਵਿਤ ਵੀ ਹੁੰਦੇ ਆ ਵੀ ਸੱਚਮੁੱਚ ਇੱਦਾਂ ਦੀ ਸ਼ਕਤੀ ਟੀਵੀ ਵਿੱਚ ਵੀ ਦੇਖੀ ਆ ਤੇ ਭੂਤਾਂ ਦੇ ਵਿੱਚ ਵੀ ਸ਼ਾਇਦ ਇੱਦਾਂ ਦੀ ਕੋਈ ਗੈਬੀ ਸ਼ਕਤੀ ਹੋਵੇਗੀ ਜੋ ਕੁਝ ਟੀਵੀ ਤੇ ਵਿਖਾਇਆ ਜਾ ਰਿਹਾ ਇਹ ਸੱਚਮੁੱਚ ਹੋ ਸਕਦਾ ਹੈ। ਤੋ ਬਹੁਤ ਪੜ੍ਹੇ ਲਿਖੇ ਬੱਚੇ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਨੇ ਕਿ ਨਹੀਂ 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 ਹੋ ਸਕਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਵੀ ਸਕਦੀਆਂ। ਹਾਂਜੀ ਹਾਂਜੀ। ਨਹੀਂ ਪਰ ਹੁਣ ਦੇਖੋ ਭਾਈ ਸਾਹਿਬ ਇੱਕ ਹੋਰ ਚੀਜ਼ ਆ, ਖਾਸ ਤੌਰ ਤੇ ਜਿਹੜੇ ਸਿਆਣਿਆਂ ਦੀ, ਹੁਣ ਦੇਖੋ ਮੈਂ ਬਈ ਚਲੋ ਨਾਂ ਲੈਣ ਚ ਮੈਨੂੰ ਗੁਰੇਜ ਨਹੀਂ, ਪਰ ਮੈਂ ਨਾਂ ਜਿਹੜਾ ਵਿਅਕਤੀ ਅਕਾਲ ਚਲਾਣਾ ਕਰ ਗਿਆ ਉਹਦਾ ਨਾਂ ਨਹੀਂ ਲੈਂਦਾ ਹੁੰਦਾ, ਕਿਉਂਕਿ ਉਹਨੇ ਵਿਚਾਰੇ ਨੇ ਆ ਕੇ ਜਸਟੀਫਾਈ ਤਾਂ ਕਰਨਾ ਨਹੀਂ। ਪਰ ਇਸ ਵੇਲੇ ਉਹ ਜਿਹੜੀਆਂ ਡੀਵੀਡੀਜ਼ ਹੈਗੀਆਂ, ਵੀਡੀਓਜ਼ ਹੈਗੇ ਆ, ਉਹ ਜਿਹੜਾ ਮੀਡੀਆ ਹੈਗਾ ਉਹ ਰੱਜ ਕੇ ਚਲਾ ਰਿਹਾ। ਮਤਲਬ ਸਾਡੇ ਪੰਜ ਤੇ ਵਿਦਵਾਨ ਸਿਆਣੇ ਸੁਲਝੇ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਏ ਨੇ, ਪਰ ਮੈਨੂੰ ਹੈਰਾਨੀ ਇਹ ਆਉਂਦੀ ਹੈ ਵੀ ਗੁਰਮਤ ਦੇ ਧਾਰਨੀ ਹੋ ਕੇ ਜਦੋਂ ਉਹ ਇੱਕ ਸਾਖੀ ਦੱਸਦੇ ਨੇ ਵੀ ਜੀ ਕਪੂਰਥਲੇ 'ਚ ਗੱਲ ਬਣੀ, ਉਹ ਜਿਹੜੀ ਰੂਹ ਸੀ ਉਹ ਸਾਡੀ ਕਾਰ ਦੇ ਬੂਟ ਦੇ ਵਿੱਚ ਪਤਾ ਨਹੀਂ ਕਿੱਥੇ ਬੈਠ ਗਈ, ਕੀ ਆ ਕੀ ਨਹੀਂ, ਉਹ ਲੈ ਕੇ ਜੰਮੂ ਤੱਕ ਸਾਰੀ ਘਟਨਾ ਤਕਰੀਬਨ ਅੱਧਾ ਪੌਣਾ ਘੰਟਾ ਬਿਆਨ ਕਰਦੇ ਨੇ, ਤੇ ਜਿਹੜਾ ਮੇਰੇ ਵਰਗਾ ਬੈਠਾ ਉਹ ਕਹਿੰਦਾ ਦੇਖੋ ਜੀ ਸਾਰੀ ਉਮਰ ਇਹਨਾਂ ਦੀ ਲੰਘ ਗਈ ਆ, ਦਾੜੀ ਚਿੱਟੀ ਹੋ ਗਈ ਆ, ਜਦ ਇਹ ਇਹਨਾਂ ਨੂੰ ਭੂਤ ਦਿਸ ਪਏ ਤੇ ਇਹਦਾ ਮਤਲਬ ਮੈਨੂੰ ਵੀ ਇੱਕ ਨਾ ਇੱਕ ਦਿਨ ਜ਼ਰੂਰ ਦਿਸੂਗੇ। ਮੈਨੂੰ ਘਟਨਾ ਕੇ ਯਾਦ ਆ ਗਈ ਜੀ, ਮੈਂ ਨਾ ਸਾਡਾ ਇੱਕ ਮਿੱਤਰ ਰਹਿੰਦਾ ਜੀ ਟੋਰਾਂਟੋ ਦੇ ਵਿੱਚ ਜੀ, ਤੇ ਉਹਨਾਂ ਨੇ ਨਾ ਇਸੇ ਵਿਸ਼ੇ ਤੇ ਅਸੀਂ ਉਹਨਾਂ ਮੇਰੇ ਕੋਲ ਰੋਜ਼ ਆਉਂਦੇ ਸੀ ਤੇ ਅਸੀਂ ਬਹਿੰਦੇ ਸੀ 10-15-20 ਮਿੰਟ ਜਿਹੜਾ ਵਿਚਾਰਾਂ ਹੋਣੀਆਂ, ਤੇ ਉਹਨਾਂ ਨੇ ਇਸ ਵਿਸ਼ੇ ਤੇ ਗੱਲ ਇੱਕ ਦੱਸੀ, ਕਹਿੰਦੇ ਵੀ ਅਸੀਂ ਨਾ ਇੱਕ ਦਿਨ ਜਾ ਰਹੇ ਸੀ ਤੇ ਗੱਡੀ 3-4 ਦਿਨ ਮੈਂ ਕੱਢੀ ਨਾ, ਕਹਿੰਦੇ ਮੇਰਾ ਅਮੈਰੀਕਾ ਦਾ ਟੂਰ ਸੀ, ਕੈਲੀਫੋਰਨੀਆ ਜਾਣਾ ਸੀ, ਤੇ ਉਹ ਗੱਡੀ ਮੇਰੀ 4-5 ਦਿਨ ਜਿਹੜੀ ਆ ਆਪਣੀ ਕਾਰ ਜਿਹੜੀ ਸੀ ਉਹ ਰੁਕੀ ਰਹੀ ਤੇ ਉਹ ਕਿਤੇ ਛੋਟੀ ਜਿਹੀ ਇੱਕ ਬਿੱਲੀ ਆਉਂਦੀ ਸੀ ਘਰ ਚ ਤੇ ਉਹ ਵੜ ਗਈ ਵਿੱਚ ਅੱਗੇ, ਹਾਂਜੀ ਉਹਦੇ ਅੱਗੇ ਬੋਲਣ ਤੇ ਬੋਲਣ ਦੇ ਵਿੱਚ ਵੜ ਗਈ, ਤੇ ਉਹ ਜਦੋਂ ਗੱਡੀ ਚੱਲੇ ਤੇ ਉਹ ਕਿਤੇ ਆਵਾਜ਼ ਆਵੇ ਜਾਂ ਕੋਈ ਤੇ ਉਹਨੂੰ ਮਹਿਸੂਸ ਹੋਇਆ, ਹਾਂਜੀ ਤੇ ਉਹਨਾਂ ਨੇ ਜਦੋਂ ਵੇਖਿਆ ਵੀ ਖੜਕਾ ਆ ਰਿਹਾ ਕੋਈ, ਤੇ ਪਹਿਲਾਂ ਤਾਂ ਕਹਿੰਦੇ ਵੀ ਨਾਲ ਜਿਹੜੇ ਕੋਈ ਪਰਿਵਾਰ ਵਾਲੇ ਸੀ ਉਹਨਾਂ ਸ਼ੰਕਾ ਪੈਦਾ ਕੀਤਾ ਵੀ ਇਹ ਕੋਈ ਗੜਬੜ ਵਾਪਰ ਗਈ ਲੱਗਦੀ ਆ, ਕੋਈ ਏਦਾਂ ਦਾ ਆਪਣੇ ਨਾਲ ਚੰਬਾ ਹੋ ਰਿਹਾ ਵਾ ਕੋਈ, ਹਾਂਜੀ ਤੇ ਉਹਨਾਂ ਨੇ 2-4 ਵਾਰ ਵੇਖਿਆ ਫਿਰ ਰਸਤੇ 'ਚ ਗੱਡੀ ਰੋਕ ਦਿੱਤੀ, ਫਿਰ ਉਹਨਾਂ ਨੇ ਐਮਰਜੈਂਸੀ ਕਾਲ ਕੀਤੀ
ਤੇ ਜਿਹੜੇ ਉਹ ਅਮਲਾ ਭਾਗ ਵਾਲੇ ਸੀ ਉਹ ਜਲਦੀ ਪਹੁੰਚੇ ਉੱਥੇ, ਉਹਨਾਂ ਆਏ, ਉਹਨਾਂ ਨੇ ਮਕੈਨਿਕ ਆਏ, ਉਹ ਇੰਜੀਨੀਅਰ ਆਏ, ਉਹਨਾਂ ਬੋਲਟ ਬੋਲਟ ਬੋਨਟ ਖੋਲਿਆ ਅੱਗੋਂ ਤੇ ਬੋਨਟ ਖੋਲ ਕੇ ਵੇਖਿਆ ਉਹਦੇ ਵਿੱਚੋਂ ਬਿੱਲੀ ਨਿਕਲੀ, ਉਹਨਾਂ ਬਿੱਲੀ ਬਾਹਰ ਕੱਢ ਕੇ ਕਹਿੰਦੇ ਚਲੋ। ਤੋ ਉੱਥੇ ਭਰਮ ਪਾਲਣ ਵਾਲੇ ਜਿਹੜੇ ਸੀ ਉਹ ਕਹਿੰਦੇ ਵੀ ਬਾਕੀ ਪਰਿਵਾਰਕ ਮੈਂਬਰਾਂ ਚ ਇੱਕ ਇੱਦਾਂ ਦਾ ਭਰਮ ਆ ਗਿਆ ਸੀ ਵੀ ਸ਼ਾਇਦ ਕੋਈ ਜਿਹੜੀ ਆ ਗੜਬੜ ਹੋ ਰਹੀ ਹੈ ਵਾਰ ਵਾਰ ਜਿਹੜੀ ਆ, ਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਫਾਲਟ ਕੋਈ ਜਿਹੜਾ ਵਾ ਵੀ ਉਹ ਸ਼ਕਤੀ ਕੰਮ ਕਰ ਰਹੀ ਆ, ਜਾਂ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਸੀ ਵੀ ਕੋਈ ਗੜਬੜ ਵਾਪਰ ਗਈ ਆ ਜਾਂ ਕੋਈ ਸਾਡੇ ਨਾਲ ਘਟਨਾ ਵਾਪਰ ਰਹੀ ਆ, ਤੇ ਇਹਦਾ ਕਰਕੇ ਅਸੀਂ ਗੱਡੀ ਸਾਈਡ ਤੇ ਰੋਕ ਦਈਏ ਤੇ ਐਮਰਜੈਂਸੀ ਕਾਲ ਕਰੀਏ। ਹਾਂਜੀ ਹਾਂਜੀ। ਤੋਂ ਇੱਦਾਂ ਦਾ ਬਹੁਤ ਕੋਈ ਸਾਡੇ ਸਮਾਜ ਚ ਜਿਹੜੇ ਭਰਮ ਪੈਦਾ ਹੋ ਜਾਂਦੇ ਨੇ, ਹਰ ਗੱਲ ਦਾ ਕੋਈ ਨਾ ਕੋਈ ਜ਼ਰੂਰ ਲੌਜਿਕ ਹੁੰਦਾ ਹੈ, ਪਰ ਅਸੀਂ ਲੌਜਿਕ ਸਮਝਣ ਦੀ ਬਜਾਏ ਉਹਦੇ ਵਿੱਚ ਭਰਮ ਪਾਲ ਲੈਂਦੇ ਹਾਂ। ਨਹੀਂ, ਮੈਂ ਉਹੀ ਦੇਖੋ ਦੱਸਦਾ ਬਈ, ਮੈਂ ਆਪਣੇ ਖੁਦ ਗੱਲ ਕਰਦਾ ਵੀ ਉਦੋਂ ਮੈਂ ਹਾਇਰ ਸੈਕੰਡਰੀ ਚ ਪੜ੍ਹਦਾ ਸੀ ਤੇ ਅਸੀਂ, ਹੁਣ ਤੁਹਾਨੂੰ ਪਤਾ ਵੀ ਉਦੋਂ ਪਿੰਡ ਦੇ ਵਿੱਚ ਰੌਲਾ ਪੈਂਦਾ ਸੀ ਤੇ ਅਸੀਂ ਬਾਹਰ ਪੜ੍ਹਨ ਖੇਤਾਂ ਚ ਜਾਂਦੇ ਸੀ, ਦੂਰ ਝਾੜੀਆਂ ਚ ਬਾਗਾਂ ਦੇ ਵਿੱਚ ਉੱਥੇ ਜਾ ਕੇ ਪੜ੍ਹਦੇ ਹੁੰਦੇ ਸੀ ਜਦੋਂ ਰਿਵੀਜ਼ਨ ਦਾ ਕੰਮ ਆਉਂਦਾ ਸੀ। ਜੀ ਜੀ। ਤੇ ਉਹ ਗਰਮੀ ਦੇਖੋ ਨਾ, ਤਕਰੀਬਨ ਮਈ ਜੂਨ ਚ ਜੋ ਇਮਤਿਹਾਨ ਹੁੰਦੇ ਸੀ ਤੇ ਅਪ੍ਰੈਲ ਦੇ ਮਹੀਨੇ ਜਦੋਂ ਸਾਨੂੰ ਜਿਹਨੂੰ ਪ੍ਰੈਪਰੇਟਰੀ ਹੋਲੀਡੇਜ਼ ਕਹਿੰਦੀਆਂ ਜੀ ਵੀ ਤਿਆਰੀ ਦੀਆਂ ਛੁੱਟੀਆਂ, ਉਹ ਚ ਗਏ ਤਾਂ ਮੈਂ ਖੁਦ ਦੇਖੋ, ਮੈਨੂੰ ਪਤਾ ਵੀ ਅਸੀਂ ਜੀ ਚਲੋ ਚੜ੍ਹਦੇ ਬੰਨੇ ਨੂੰ ਚਲੇ ਗਏ ਬਈ, ਕਹਿੰਦੇ ਜੀ ਉੱਥੇ ਜਦੋਂ ਅਸੀਂ ਉੱਥੇ ਪੜ੍ਹਦੇ ਸੀ, ਹੁਣ ਇਹ ਹੁੰਦਾ ਸੀ ਵੀ ਅਸੀਂ ਕਿਸੇ ਝਾੜੀ ਦੇ ਵਿੱਚ ਲੁਕ ਕੇ ਬੈਠ ਕੇ ਪੜ੍ਹਨਾ ਤਾਂ ਕਿ ਬਿਲਕੁਲ ਇਕਾਂਤ ਹੋਵੇ। ਜੀ ਜੀ ਜੀ। ਤੇ ਉਹ ਹੁਣ ਜੀ ਮਤਲਬ ਕੀ ਹੋਇਆ, ਜਦ ਸਾਨੂੰ ਤਕਰੀਬਨ 4-5 ਘੰਟੇ ਹੋ ਗਏ ਪੜ੍ਹਦਿਆਂ ਨੂੰ। ਜੀ ਜੀ। ਤੇ ਇੱਕ ਮੁੰਡਾ ਹੋਰ ਸੀ, ਉਹ ਪੜ੍ਹਨ ਵਾਲਾ ਸੀ, ਸਾਡੇ ਮਾਮੇ ਦਾ ਲੜਕਾ ਸੀ, ਤਾਂ ਉਹਨੇ ਜੀ ਮਤਲਬ ਸਾਨੂੰ ਤਕਰੀਬਨ 5 ਘੰਟੇ ਤੋਂ ਬਾਅਦ ਜਦੋਂ ਸੂਰਜ ਟਿਕਿਆ ਹੁੰਦਾ 12 ਵਜੇ ਦੇ ਲਾਗੇ, ਆਵਾਜ਼ ਆਈ ਮੇਰਾ ਨਾਂ ਲਿਆ ਜੀ। ਜੀ ਜੀ। ਅੱਛਾ, ਮੇਰਾ ਨਾਂ ਲੈ ਕੇ ਉਹਨਾਂ ਨੇ, ਹੁਣ ਦੇਖੋ ਨਾ, ਉਹ ਮੈਨੂੰ ਨੱਠਾ ਨੱਠਾ ਆਇਆ, ਕਹਿੰਦਾ ਵੀ ਭਾਜੀ ਬਈ ਇੱਥੋਂ ਆਪਾਂ ਚਲੀਏ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੀ ਤੁਹਾਡਾ ਨਾਂ ਲੈ ਕੇ ਨਾ ਕਿਸੇ ਚੜੇਲ ਨੇ ਆਵਾਜ਼ ਮਾਰੀ ਆ। ਅੱਛਾ, ਹੁਣ ਦੇਖੋ ਨਾ, ਇੰਨੀ ਸੋਝੀ ਸਾਨੂੰ ਵੀ ਹੈ ਨਾ ਸੀ। ਤੇ ਮੈਂ ਉਹਨੂੰ ਬਥੇਰਾ ਕਿਹਾ, ਮੈਂ ਕਿਹਾ ਨਹੀਂ ਨਹੀਂ ਚੜੇਲ ਚੜੂਲ ਕੋਈ ਨਹੀਂ। ਕਹਿੰਦਾ ਨਹੀਂ 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 ਤੁਹਾਨੂੰ ਨੀ ਪਤਾ, ਇਹ ਜਿਹੜੀਆਂ ਚੜੇਲਾਂ ਨਾ ਇਹ ਉਜਾੜ ਬੀਆਬਾਨ ਚ ਰਹਿੰਦੀਆਂ ਹੁੰਦੀਆਂ, ਉਹ ਦੇਖੋ ਪਰਲੇ ਪਾਸੇ ਉਹ ਪਿੰਡ ਦੇ ਸਿਵੇ ਹੈਗੇ ਆ, ਤੇ ਹੋ ਸਕਦਾ ਉਥੋਂ ਆ ਗਈ ਹੋਵੇ। ਮੈਂ ਕਿਹਾ ਅੱਛਾ ਜੀ ਜੀ। ਲਓ ਜੀ, ਹੁਣ ਮੈਂ ਜਿੰਨਾ ਦੇਖੋ ਨਾ, ਮੇਰੇ ਨਾਲ 2-3 ਸਾਲ ਛੋਟਾ ਸੀ, ਕਿੰਨਾ ਕੁ ਮਤਲਬ ਉਹਨੂੰ ਸਮਝਾ ਲੂੰਗਾ, ਨਾ ਮੈਨੂੰ ਉਸਲੇ ਵੀ ਗੁਰਮਤੀ ਬਹੁਤੀ ਅਕਲ ਨਾ ਸੀ ਹੈ। ਤੇ ਮੈਂ ਉਹਦਾ ਮੈਂ ਕਿਹਾ ਵੀ ਹਾਂ ਆਵਾਜ਼ ਤਾਂ ਮੈਨੂੰ ਵੀ ਸੁਣੀ ਆ, ਪਰ ਮੈਂ ਇਹ ਨਹੀਂ, ਮੈਂ ਕਹਿੰਦਾ ਵੀ ਚੜੇਲ ਨੇ ਆਵਾਜ਼ ਮਾਰੀ ਹੈ ਕੀ। ਅੱਛਾ, ਉਹ ਗੱਲ ਕੀ ਜੀ, ਅਸੀਂ ਉਥੋਂ ਆ ਗਏ, ਜਦੋਂ ਆਏ ਤਾਂ ਆ ਕੇ ਦੇਖਿਆ ਵੀ ਸੜਕ ਦੇ ਕੰਢੇ ਤਕਰੀਬਨ ਅੱਧਾ ਮੀਲ ਦੂਰ ਸੀਗਾ, ਤੇ ਸਾਡੀ ਮਾਮੀ ਉੱਥੇ ਖੜੀ। ਜੀ ਜੀ। ਤੇ ਉਹ ਸਾਨੂੰ ਗੁੱਸੇ ਚ ਕਹਿੰਦੀ ਵੀ ਤੁਸੀਂ ਕਿੱਥੇ ਬੈਠੇ ਸੀ, ਮੈਂ ਤੁਹਾਨੂੰ ਆਵਾਜ਼ਾਂ ਮਾਰ ਮਾਰ ਕੇ ਥੱਕ ਗਈ ਆ। ਹੁਣ ਦੇਖੋ ਮੈਂ ਗੱਲ ਕਰਦਾ ਵੀ ਜੇ ਉਹ ਗੱਲ
ਸਾਡੀ ਤਾਂ ਮਦਰ ਨੇ ਉਹਨਾਂ ਨੂੰ ਸਾਡੀ ਮਾਤਾ ਨੇ ਉਹਨੂੰ ਭੇਜਿਆ ਵੀ ਉਹ ਇੰਨਾ ਚਿਰ ਹੋ ਗਿਆ ਉਹਨੂੰ ਵੀ ਸਵੇਰ ਦੇ ਗਏ ਹੋ ਆ ਵੀ ਕੁਛ ਖਾਣਾ ਪੀਣਾ ਨਹੀਂ ਦੁਪਹਿਰ ਦਾ ਭੁੱਖ ਲੱਗੀ ਹੋਣੀ ਆ ਵੀ ਨਿਆਣੇ ਨੂੰ ਕਹੋ ਵੀ ਚਲੋ ਫੇਰ ਜਾ ਕੇ ਪੜ੍ਹ ਲਿਓ ਪਹਿਲਾਂ ਤੁਸੀਂ ਦੁਪਹਿਰ ਚ ਰੋਟੀ ਤਾਂ ਖਾ ਲਓ ਆ ਕੇ ਜੀ 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 ਬਿਲਕੁਲ ਪਰ ਜਿਹੜੀ ਹੁਣ ਦੇਖੋ ਨਾ ਇਸੇ ਤਰ੍ਹਾਂ ਮੈਨੂੰ ਅਜੇ ਤੱਕ ਗੱਲ ਕਰਦੇ ਮੈਂ ਇਹ ਸਾਰਾ ਸਮਾਜ ਹੀ ਸਾਰਾ ਢਾਂਚਾ ਵਿਗੜ ਗਿਆ ਸਾਡੇ ਪਿੰਡ ਇੱਕ ਮਤਲਬ ਮੈਂ ਪੰਡਿਤ ਦੇ ਮੂੰਹੋਂ ਲਫ਼ਜ਼ ਸੁਣੇ ਆ ਉਹ ਪੰਡਿਤ ਨੇ ਕਿਹਾ ਵੀ ਮੈਨੂੰ ਤੁਸੀਂ ਇਹ ਦੱਸੋ ਬਈ ਅਸੀਂ ਮੈਂ ਇੱਥੇ ਕਥਾ ਕਰਦਾ ਰਮਾਇਣ ਦੀ ਕਥਾ ਉਹਦੇ ਵਿੱਚ ਮੈਂ ਯੋਧਿਆਂ ਦੀਆਂ ਗੱਲਾਂ ਕਰਦਾ ਬਹਾਦਰਾਂ ਦੀਆਂ ਗੱਲਾਂ ਕਰਦਾ ਜੀ ਕਹਿੰਦੇ ਵੀ ਜਿਹੜੀ ਮਾਂ ਆਪਣੇ ਨਿਆਣੇ ਨੂੰ ਇਹ ਕਹੂਗੀ ਕੁੰਡਾ ਖੜਕਾ ਕੇ ਬਾਹਰ ਨਾ ਜਾਏ ਭਾਊ ਆ ਜਾਊ ਬਿਲਕੁਲ ਬਿਲਕੁਲ ਕਹਿੰਦੇ ਉਹ ਜ਼ਰੂਰ ਫਿਰ ਆਪਣੇ ਲੜਾਈ ਦੇ ਮੈਦਾਨ ਚ ਜਾ ਕੇ ਖੰਡਾ ਖੜਕਾਊਗਾ ਜਿਹੜਾ ਕੁੰਡੇ ਤੋਂ ਡਰੀ ਜਾਂਦਾ ਜੀ 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 ਹੁਣ ਦੇਖੋ ਨਾ ਅਸੀਂ ਮੈਜੋਰਿਟੀ ਇਸ ਵੇਲੇ ਜਿਹੜੀ ਸਾਡੀ ਕੌਮ ਤਾਂ ਨਹੀਂ ਸਾਰੀ ਦੁਨੀਆਂ ਚ ਇਹੀ ਪ੍ਰੋਬਲਮ ਆ ਮਾਨਸਿਕ ਤੌਰ ਤੇ ਬਿਮਾਰ ਆ ਜੀ ਬਿਲਕੁਲ ਅਸਲ ਵਿਚ ਨਾ ਜੀ ਸਾਡੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਬ੍ਰਾਹਮਣ ਨੇ ਕੁਝ ਕੁਝ ਗਰੜ ਪੁਰਾਣ ਨੇ ਭਰਮ ਫੈਲਾਇਆ ਗਰੜ ਪੁਰਾਣ ਦੇ ਕਰਤੇ ਦਾ ਕੋਈ ਪਤਾ ਨੀ ਕੌਣ ਹੈ ਕੀ ਕੀਤਾ ਹਾਂਜੀ ਉਹਨੇ ਭਰਮ ਫੈਲਾਇਆ ਉਹ ਤੋਂ ਬਾਅਦ ਜਿਹੜਾ ਬ੍ਰਾਹਮਣ ਨੇ ਕੁਝ ਆਪਣਾ ਭਰਮ ਫੈਲਾਇਆ ਬ੍ਰਾਹਮਣ ਤੋਂ ਬਾਅਦ ਵਾਰੀ ਆ ਗਈ ਸਾਡੇ ਸਾਧ ਬਾਬਿਆਂ ਦੀ ਚਿਮਟਾ ਕਲਚਰ ਵਾਲਿਆਂ ਦੀ ਜਿਨ੍ਹਾਂ ਨੇ ਅੱਜ ਸਾਡੀ ਮਾਨਸਿਕਤਾ ਦਾ ਬਹੁਤ ਜ਼ਿਆਦਾ ਸਾਨੂੰ ਸਾਡੀ ਮਾਨਸਿਕਤਾ ਕਮਜ਼ੋਰ ਹੋਣ ਕਰਕੇ ਸਾਨੂੰ ਲੁੱਟ ਦਾ ਸ਼ਿਕਾਰ ਬਣਾਇਆ ਉਹਨਾਂ ਨੇ ਉਹਨਾਂ ਨੇ ਸਾਨੂੰ ਸਰੀਰਕ ਪੱਖੋਂ ਵੀ ਲੁੱਟਿਆ ਸਾਨੂੰ ਆਰਥਿਕ ਪੱਖੋਂ ਵੀ ਲੁੱਟਿਆ ਹਰ ਪੱਖੋਂ ਉਹਨਾਂ ਨੇ ਸਾਡੇ ਸਮਾਜ ਦੀ ਜਿਹੜੀ ਆ ਅੱਜ ਲੁੱਟ ਮਚਾਈ ਹੋਈ ਆ ਕੇਵਲ ਇੰਨਾ ਡਰ ਦੇ ਕੇ ਵੀ ਇਹ ਨੌਜਵਾਨ ਬੱਚੀਆਂ ਡੇਰਿਆਂ ਵਿੱਚ ਲੋਕ ਲੈ ਕੇ ਜਾਂਦੇ ਨੇ ਪਿੱਛੇ ਜੇ ਮੈਂ ਤੁਹਾਨੂੰ ਤੁਹਾਡੀ ਗੱਲ ਰੁਕ ਗਈ ਆ ਜੀ ਮੈਂ ਸੋਰੀ ਮੰਗਦਾ ਪਿੱਛੇ ਜੇ ਆਪਣਾ ਥੋੜਾ ਸਮਾਂ ਪਹਿਲਾਂ ਇੱਕ ਲੜਕੀ ਬਹੁਤ ਪੜ੍ਹੀ ਲਿਖੀ ਜਿਹੜੀ ਉਹਦਾ ਮਨੋਬਲ ਖਰਾਬ ਹੋਣ ਕਰਕੇ ਉਹਨੂੰ ਇੱਕ ਬਾਬੇ ਕੋਲ ਲੈ ਗਏ ਤੇ ਉਹਨੇ ਚਿਮਟੇ ਮਾਰ ਮਾਰ ਕੇ ਪਹੂ ਪਿੰਡ ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਨਕਲੀ ਸਾਧ ਸੀ ਉਹਨੇ ਉਹ ਨਕਲੀ ਸਾਧ ਨੇ ਚਿਮਟੇ ਮਾਰ ਮਾਰ ਕੇ ਜਿਹੜਾ ਵਾ ਲੜਕੀ ਨੂੰ ਜਿਹੜਾ ਵਾ ਪੀ ਉਹਨੇ ਮਾਰ ਦਿੱਤਾ ਸੀ ਇਹ ਲੋਕਾਂ ਦੀ ਮਾਨਸਿਕਤਾ ਏ ਉਹਦਾ ਜਿਹੜਾ ਵਾ ਮੈਡੀਕਲ ਇਲਾਜ ਕਰਾਉਣ ਦੀ ਬਜਾਏ ਅਸੀਂ ਜਿਹੜਾ ਵਾ ਸਾਡੀ ਮਾਨਸਿਕਤਾ ਇੱਥੇ ਰੋ ਗਈ ਆ ਇਹਨੂੰ ਕਿਸੇ ਛਾਇਆ ਨੇ ਫੜ ਲਿਆ ਕਿਸੇ ਭੂਤ ਨੇ ਫੜ ਲਿਆ ਅਸੀਂ ਪਖੰਡੀਆਂ ਵੱਲ ਨੂੰ ਉਹ ਤੁਰਦੇ ਆ ਤੇ ਪਖੰਡੀ ਬਾਬੇ ਫਿਰ ਸਾਡੀ ਆਰਥਿਕ ਲੁੱਟ ਵੀ ਕਰਦੇ ਆ ਤੇ ਉਹ ਜਿਹੜਾ ਸਰੀਰਕ ਸ਼ੋਸ਼ਣ ਵੀ ਜਿਹੜਾ ਵਾ ਸਾਡਾ ਉਹ ਧੀਆਂ ਭੈਣਾਂ ਜਿਹਨਾਂ ਨੂੰ ਡੇਰਿਆਂ ਤੇ ਲੈ ਕੇ ਜਾਂਦੇ ਆ ਫਿਰ ਸਾਨੂੰ ਜਿਹੜਾ ਵਾ ਉਹ ਬਹੁਤ ਵੱਡਾ ਇਸ ਚੀਜ਼ ਦੇ ਜਿਹੜਾ ਵਾ ਵੀ ਇੱਕ ਸਾਹਮਣਾ ਕਰਨਾ ਪੈ ਰਿਹਾ ਵਾ ਵੀ ਸਾਡਾ ਸਾਡਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਤੇ ਸਾਡਾ ਆਰਥਿਕ ਮਾਨਸਿਕ ਸ਼ੋਸ਼ਣ ਸਾਰਾ ਕੁਝ ਜਿਹੜਾ ਅਸੀਂ ਲੁੱਟੇ ਜਾ ਰਹੇ ਹਾਂ ਸਾਡੀ ਇੱਕ ਕਮਜ਼ੋਰੀ ਆ ਸਾਡੇ ਸਮਾਜ ਦੀ ਹਾਂਜੀ ਮੈਂ ਉਹੀ ਦੇਖੋ ਹੋਰ ਤਾਂ ਦੱਸਦਾ ਵੀ ਸਾਡੇ ਇੰਗਲੈਂਡ ਵਰਗੇ ਐਡਵਾਂਸਡ ਮੁਲਕ ਦੇ ਵਿੱਚ ਮੈਨੂੰ ਦੋ ਕੇਸ ਜਿਹੜੇ ਹਾਈਲਾਈਟ ਹੋਏ ਆ ਉਹ ਪਤਾ ਵੀ ਅੱਜ ਤੋਂ ਇੱਕ ਤਾਂ 10 ਸਾਲ ਪਹਿਲਾਂ ਤੇ ਉਹ ਮੁਸਲਮਾਨ ਵੀਰ ਨੂੰ ਜਿਹਨੇ ਮਤਲਬ ਤੱਤੇ ਤੱਤੇ ਚਿਮਟੇ ਉਹ ਬੇਟੀ ਦੇ ਬੱਚੀ ਦੇ ਲਾ ਕੇ ਉਹਨੂੰ ਮਾਰਤਾ ਸੀ ਉਹ ਇਸ ਵੇਲੇ ਅੰਦਰ ਬੈਠਾ ਕਤਲ ਦੇ ਕੇਸ ਵਿੱਚ ਅੰਦਰ ਬੈਠਾ ਹੁਣ ਇਸੇ ਤਰ੍ਹਾਂ ਇੱਕ ਹੋਰ ਉਹ ਦੇਖੋ ਧਾਰਮਿਕ ਵਿਅਕਤੀ ਸੀ ਇਮਾਮ ਸੀ ਪਰ ਚਲੋ ਉਹ ਉਹਨਾਂ ਦੇ ਧਰਮ ਨੂੰ ਮੰਨਦੇ ਆ ਉਹਨੇ ਜੀ ਘੱਟੋ ਘੱਟ 8-10 ਰੇਪ ਕੀਤੇ ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਬਸ ਸਾਰੇ ਪੁੱਠੇ ਕੰਮ ਕੀਤੇ ਤੇ ਉਹ ਜੀ ਜਦੋਂ ਮਤਲਬ ਕੋਰਟ ਦੇ ਵਿੱਚ ਕਹਿੰਦਾ ਵੀ ਮੈਂ ਤਾਂ ਜੀ ਕੀਤਾ ਹੀ ਕੁਛ ਨੀ ਅੱਛਾ ਉਹ ਜੱਜ ਕਹਿੰਦਾ ਵੀ ਤੂੰ ਕੀਤਾ ਕੁਛ ਨੀ ਵੀ ਆਹ ਜਿਹੜੀਆਂ ਆਪਣੇ ਔਰਤਾਂ ਦਾ ਰੇਪ ਹੋਇਆ ਵੀ ਇਹ ਕਿੱਦਾਂ ਹੋਇਆ ਕਹਿੰਦਾ ਜੀ ਵੀ ਅਸਲ ਚ ਮੇਰੇ ਅੰਦਰ
ਮੈਂ ਇਹ ਕਾਲਾ ਇਲਮ ਕਰਦਾ ਸੀ, ਉਹ ਸ਼ੈਤਾਨ ਮੇਰੇ ਅੰਦਰ ਆ ਗਿਆ, ਉਹਨੇ ਦਾ ਬੁਰਕਾ ਪਾਇਆ, ਉਹਨੇ ਇਹ ਸਭ ਕੁਛ ਕੀਤਾ ਜੀ। ਉਹ ਕਹਿੰਦਾ ਵੀ ਦੇਖ, ਪਰ ਤੇਰੇ ਸਰੀਰ ਨੇ ਤਾਂ ਕੀਤਾ ਨਾ ਜੀ ਜੀ, ਤੂੰ ਉਹਨਾਂ ਬੱਚਿਆਂ ਦਾ ਬੀਬੀਆਂ ਦਾ ਸੱਤ ਤਾਂ ਭੰਗ ਕਰਤਾ ਨੇ, ਇੱਜ਼ਤ ਤਾਂ ਲੁੱਟੀ ਨਾ ਜੀ ਜੀ, ਤੇ ਮੈਨੂੰ ਸ਼ੈਤਾਨ ਦੇ ਨਾਲ ਮੈਂ ਤੂੰ ਨਜਿੱਠ ਲਈ ਜਾਂ ਆਪਣੇ ਹੋਰ ਧਰਮ ਚ ਗੱਲ ਕਰ ਲਈ ਵੀ ਤੂੰ ਏਦਾਂ ਕਰੀ ਬਈ, ਆ ਜਿਹੜਾ ਤੂੰ ਆ ਜਿਹੜਾ ਦੁਨੀਆਂ ਦੇ ਕਾਨੂੰਨ ਆ ਬੇ, ਦੁਨੀਆਂ ਦਾ ਸਾਡੇ ਮੁਲਕ ਦਾ ਕਾਨੂੰਨ ਇਹ ਆ ਬੀ ਜਿਹੜਾ ਸਰੀਰ ਦੇ ਨਾਲ ਗਲਤ ਕੰਮ ਕਰਦਾ ਉਹ ਜਰਾਇਮ ਪੇਸ਼ਾ ਗਿਣਿਆ ਜਾਂਦਾ, ਉਹਨੂੰ ਕਹਿੰਦੇ ਆ ਬੀ ਇਹ ਜੀ ਵਿਅਕਤੀ ਜਿਹੜਾ ਹੈਗਾ ਨਾ ਇਹ ਦੋਸ਼ੀ ਆ, ਤੇ ਉਹਦੇ ਵਿਚ ਹੁਣ ਉਹਨੂੰ 7-8 ਉਮਰ ਕੈਦ ਦੀਆਂ ਸਜ਼ਾ ਦਿੱਤੀਆਂ ਬੀ ਸਾਰੀ ਉਮਰ ਉਹ ਜੇਲ ਚ ਸੜੂਗਾ। ਉਹ ਕਹਿੰਦੇ ਵੀ ਤੂੰ ਅੰਦਰੇ ਜੇਲ ਚ ਬੈਠਾ ਆਪਣੇ ਸ਼ੈਤਾਨ ਨਾਲ ਨਜਿੱਠ ਲਈ, ਪਰ ਜੱਜ ਨੇ ਲਿਖਿਆ ਉਹ ਦੇਖੋ ਅਜੇ ਵੀ ਇੱਥੇ ਨੌਰਥ ਆਫ ਇੰਗਲੈਂਡ ਸਾਡੇ ਇਲਾਕਾ ਹੈਗਾ ਉੱਥੇ ਜੇਲ ਚ ਬੈਠਾ ਸੜ ਰਿਹਾ। ਪਰ ਹੋਰ ਦੇਖ ਲਓ ਤੁਸੀਂ ਬਈ ਕਿਸੇ ਵੀ ਜਿਹੜੇ ਬੰਦੇ ਇਹ ਕੰਮ ਕਰਦੇ ਆ ਉਹਨਾਂ ਨੂੰ ਪੁੱਛ ਕੇ ਦੇਖ ਲਓ ਉਹ, ਕਿਉਂਕਿ ਮੈਂ ਵੀ ਚਲੋ ਪਿੰਡਾਂ ਚੋਂ ਆਇਆ ਉੱਥੇ ਪਤਾ ਸਾਨੂੰ, ਪਹਿਲੀ ਤਾਂ ਮੈਨੂੰ ਅੱਜ ਤੱਕ ਗੱਲ ਪਤਾ ਵੀ ਜੇ ਛੋਟੇ ਹੁੰਦੇ ਕਿਸੇ ਨੇ ਕਹਿਣਾ ਨਾ ਵੀ ਇਹ ਚੀਜ਼ ਛਾਇਆ ਹੈ ਜੀ ਫਲਾਨਾ, ਤਾਂ ਬਜ਼ੁਰਗ ਇੱਕੋ ਕਹਿੰਦੇ ਸੀ ਵੀ ਇਹਨੂੰ ਕੜਾ ਪਵਾ ਦਿਓ ਜੀ 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 ਬਿਲਕੁਲ। ਇਹ ਜਿਹੜੇ ਇਹ ਕੰਮ ਕਰਦੇ ਉਹਨਾਂ ਨੂੰ ਪੁੱਛ ਕੇ ਦੇਖ ਲਿਓ, ਜੇ ਕੜਾ ਪਾਇਆ ਹੋਵੇ ਤਾਂ ਉਹਨੂੰ ਪਹਿਲਾਂ ਕਹਿੰਦੇ ਵੀ ਜੇ ਮੇਰੇ ਤੋਂ ਇਲਾਜ ਕਰਾਉਣਾ ਪਹਿਲਾਂ ਇਹਨਾਂ ਦਾ ਕੜਾ ਲਵਾ ਕੇ ਆਓ। ਵਾਹ ਵਾਹ। ਅੱਛਾ ਇੱਕ ਚੀਜ਼ ਦੂਸਰੀ, ਇਹਨਾਂ ਦਾ ਇਲਮ ਕਹਿੰਦਾ ਵੀ ਉਹ ਜਿਹੜਾ ਭੂਤ ਪ੍ਰੇਤ ਹੈਗੇ ਆ ਉਹ ਪਾਣੀ ਨਹੀਂ ਕ੍ਰੋਸ ਕਰ ਸਕਦੇ ਜੀ, ਇਸੇ ਕਰਕੇ ਨਾ ਸਿਵਿਆਂ ਤੋਂ ਆ ਕੇ ਅਸੀਂ ਨਹਾਦੇ ਤਾਂ ਹੀ ਆ ਵੀ ਹੁਣ ਪਾਣੀ ਸਰੀਰ ਨੂੰ ਲੱਗ ਗਿਆ ਤੇ ਹੁਣ ਭੂਤਾਂ ਨੇ ਟੱਚ ਨਹੀਂ ਕਰਨਾ। ਪਰ ਇੱਥੇ 7 ਸਮੁੰਦਰ ਪਾਰ ਕਰਕੇ ਸਾਡਾ ਇੱਕ ਟਾਊਨ ਹੈਗਾ ਵੁਲਵਰਹੈਂਪਟਨ, ਉੱਥੇ ਸ਼ਰੇਆਮ ਨੱਚਦੇ ਜੀ ਭੂਤ। ਵਾਹ ਜੀ ਵਾਹ ਵਾਹ। ਤੇ ਸਾਡੀਆਂ ਸਤਿਕਾਰ ਦਵਾਵਾਂ ਮਾਡਰਨ ਹੋ ਗਿਆ ਨਾ, ਬਸ ਭੂਤ ਵੀ ਮਾਡਰਨ ਹੋ ਗਏ ਆ, ਉਹ ਹੁਣ 7 ਸਮੁੰਦਰ ਵੀ ਪਾਰ ਕਰ ਜਾਂਦੇ। ਬਸ ਬਸ ਮੈਂ ਉਹੀ ਦੇਖੋ ਦੱਸਦਾ ਜਿਹੜੀ ਸਭ ਤੋਂ ਵੱਡੀ ਚੀਜ਼ ਦੇਖੋ ਨਾ, ਜਿਹੜਾ ਗਿਆਨ ਵਿਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ। ਅਸੀਂ ਜਦ ਦੇਖੋ ਨਾ, ਹੋਰ ਤਾਂ ਗੱਲਾਂ ਦੀ ਗੱਲਾਂ, ਮੈਂ ਗੁਰਦੁਆਰੇ ਦੇ ਵਿੱਚ ਇੱਕ ਘਟਨਾ ਹੋਰ ਥੋੜੀ ਸਾਂਝੀ ਕਰ ਦਵਾਂ। ਇੱਕ ਅਕਾਲੀ ਦਲ ਦਾ ਲੋਕਲ ਜਥੇ ਦਾ ਪ੍ਰਧਾਨ, ਮਤਲਬ ਗ੍ਰੰਥੀ ਸਿੰਘ ਦੇ ਖੀਸੇ ਚ 20 ਪਾਉਂਡ ਪਾ ਕੇ ਤਾਂ ਉਹਨੂੰ ਕਹਿ ਰਿਹਾ ਵੀ ਅਰਦਾਸ ਕਰੋ ਸੱਚੇ ਪਾਤਸ਼ਾਹ ਬੇ, ਜਿਹੜੀ ਮੇਰੀ ਉਮਰ ਆ ਨਾ ਉਹ ਮੇਰੇ ਬੱਚੇ ਨੂੰ ਟ੍ਰਾਂਸਫਰ ਕਰ ਦਿਓ ਵੀ ਲੱਗ ਜਾਵੇ, ਕਿਉਂਕਿ ਉਹ ਬੱਚਾ ਹੋਸਪਿਟਲ ਚ ਆ। ਤੇ ਜਦੋਂ ਬਾਹਰ ਆਇਆ ਮੈਂ ਕਿਹਾ ਭਾਈ ਸਾਹਿਬ ਜੀ ਇਹ ਕੋਈ ਮਨੀ ਟ੍ਰਾਂਸਫਰ ਹੋ ਰਹੀ ਸੀ? ਉਹ ਬੋਲਿਆ ਤਾਂ ਕੁਛ ਨੀ, ਮੇਰੇ ਮੂੰਹ ਨਾ ਦੇਖੇ। ਮੈਂ ਕਿਹਾ ਦੇਖੋ ਮੈਂ ਵੀ ਤੁਸੀਂ ਚਲੋ ਕੁਦਰਤੀ ਸੰਗਤ ਹੈ ਨਾ ਸੀ ਉੱਥੇ, ਤੇ ਮੈਂ ਸਵੇਰੇ ਗੁਰੂ ਮਹਾਰਾਜ ਦੇ ਨਮਸਕਾਰ ਕਰਨ ਗਿਆ ਸੀ ਤੇ ਮੈਂ ਉਹਨਾਂ ਦੇ ਪਿੱਛੇ ਖੜਾ ਸੀ, ਇਹ ਆਪ ਮੈਂ ਅੱਖੀ ਸਭ ਕੁਛ ਗੱਲ ਸੁਣੀ। ਤੇ ਜਦੋਂ ਉਹਨਾਂ ਨੂੰ ਕਿਹਾ ਤਾਂ ਉਹ ਨਹੀਂ ਬਹੁਤ ਧੰਨਵਾਦ ਜਸਵੀਰ ਸਿੰਘ ਜੀ, ਬਹੁਤ ਧੰਨਵਾਦ, ਬਲ ਇਹ ਕਰਕੇ ਰਾਹ ਪਏ ਰਾਹ ਪਏ। ਹੁਣ ਦੱਸੋ ਮੈਂ ਗੱਲ ਕਰਦਾ ਵੀ ਅਸੀਂ ਬੱਚਿਆਂ ਨੂੰ ਇੱਕ ਰੋਲ ਮਾਡਲ ਦੇਖੋ ਨਾ, ਗੁਰੂ ਮਹਾਰਾਜ ਨੇ, ਸਾਹਿਬਜ਼ਾਦਿਆਂ ਨੇ, ਸਾਡੇ ਬਜ਼ੁਰਗਾਂ ਨੇ ਸਾਰੀ ਉਮਰ ਸਾਨੂੰ ਰੋਲ ਮਾਡਲ ਪੇਸ਼ ਕਰ ਆਪਣੇ ਕਰਕੇ ਸਾਨੂੰ ਇੱਕ ਐਸਾ ਮੈਸੇਜ ਦਿੱਤਾ ਜਿਹਦੇ ਨਾਲ ਦੁਨੀਆਂ ਕਹਿੰਦੀ ਵੀ ਸਾਰੀ ਦੁਨੀਆਂ ਦੇ ਵਿੱਚ ਜੇ ਰੈਵੋਲੂਸ਼ਨ ਆਇਆ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਿਹੜੇ ਮਿਸ਼ਨ ਦੀ ਜਦੋਂ ਸੰਪੂਰਨਤਾ ਹੋਈ ਹੈ,
1699 ਦੇ ਵਿਚ ਸਾਰੀ ਦੁਨੀਆਂ ਓਹਨੂੰ ਮੰਨ ਗਈ, ਪਰ ਸਿੱਖ ਅਜੇ ਤੱਕ ਦੇਖੋ ਮੰਨਣ ਨੂੰ ਤਿਆਰ ਨਹੀਂ। ਵੇਖੋ ਜੀ, ਇਹ ਨਾ ਸਾਡੀਆਂ ਕੁਝ ਘਰੇਲੂ ਕਮਜ਼ੋਰੀਆਂ ਵੀ ਆ ਜੀ, ਸਾਡੀਆਂ ਏਦਾਂ ਕਹਿ ਲਓ ਸਾਡੀਆਂ ਸੰਸਥਾਵਾਂ ਦੀਆਂ ਕਮਜ਼ੋਰੀਆਂ ਤੇ ਸਾਡੇ ਪੰਥਕ ਖਵਾਉਣ ਵਾਲੇ ਨੁਮਾਇੰਦਿਆਂ ਦੀਆਂ ਕਮਜ਼ੋਰੀਆਂ, ਹਰ ਪਾਸੇ ਜਿਹੜਾ ਸਾਡਾ ਹਰ ਖੇਤਰ ਆ ਨਾ, ਵਿਦਿਅਕ ਖੇਤਰ, ਸਮਾਜਿਕ ਖੇਤਰ, ਧਾਰਮਿਕ ਖੇਤਰ, ਸਾਡਾ ਫੇਲ ਹੈ ਇਸ ਟਾਈਮ, ਬਿਲਕੁਲ ਜ਼ੀਰੋ ਹੋ ਚੁੱਕਾ ਹੈ, ਜਿਸ ਕਰਕੇ ਹੈਲੋ ਹਾਂਜੀ ਉਹਨੂੰ ਅਸੀਂ ਸੋਹਣੇ ਢੰਗ ਨਾਲ ਜਿਹੜਾ ਵਾ ਵਿਗਿਆਨਕ ਤਰੀਕੇ ਦੇ ਨਾਲ ਉਹਨੂੰ ਪੇਸ਼ਕਾਰੀ ਦੇ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਤੇ ਜਿਹੜਾ ਵਾ ਸੰਗਤ ਤੱਕ ਪਹੁੰਚਾਈਏ, ਤਾਂ ਕਿ ਲੋਕ ਭਰਮਾਂ ਵਿੱਚ ਪੈਣ ਦੀ ਬਜਾਏ ਗੁਰਮਤ ਦੇ ਰਸਤੇ ਤੇ ਤੁਰ ਪੈਣ। ਤੋ ਜਿਹੜੀ ਸ਼ਬਦਾਂ ਦੀ ਵਿਆਖਿਆ ਹੁੰਦੀ ਆ, ਅਸਲ ਵਿੱਚ ਪਹਿਲਾਂ ਹੀ ਭਰਮ ਸ਼ੁਰੂ ਕਰ ਦਿੰਦੇ ਆ। ਵੇਖੋ ਜੀ, ਗੁਰਬਾਣੀ ਨਾ ਪੜ੍ਹੀ ਤਾਂ ਜੰਮ ਧੂ ਕੇ ਲੈ ਜਾਣਗੇ, ਗੁਰਬਾਣਾ ਨਾ ਜਪਿਆ ਤਾਂ ਦਮ ਧੂ ਕੇ ਲੈ ਜਾਣਗੇ, ਭਰਮ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦਾ ਸਾਡਾ। ਵਾਹਿਗੁਰੂ। ਤੋ ਗੁਰਬਾਣੀ ਭਰਮਾਂ ਚੋਂ ਕੱਢਦੀ ਆ ਤੇ ਇਹ ਗੁਰਬਾਣੀ ਦੇ ਨਾਮ ਤੇ ਭਰਮ ਸ਼ੁਰੂ ਕਰ ਦਿੰਦੇ ਨੇ। ਵਾਹਿਗੁਰੂ ਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ, ਤੇ ਮੈਨੂੰ ਬੜੀ ਖੁਸ਼ੀ ਹੈ ਵੀ ਤੁਸੀਂ ਬੜੇ ਖੁੱਲੇ ਦਿਲ ਦੇ ਨਾਲ ਆਪਣੀਆਂ ਵਿਚਾਰਾਂ ਗੁਰਮਤ ਦੇ ਕਸਵੱਟੀ ਤੇ ਰੱਖ ਕੇ ਹੋਏ ਇਹ ਪੇਸ਼ ਕੀਤੀਆਂ ਤੇ ਸਾਡੇ ਨਾਲ ਸਾਂਝ ਪਾਈ, ਤੇ ਆਪਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜੇ ਇੱਕ ਅੱਧੇ ਸਾਡੇ ਵਿਅਕਤੀ ਦੇ ਜਿਹੜੇ ਲਿਸਨਰ ਨੇ ਦੁਨੀਆਂ ਸੁਣ ਰਹੇ ਨੇ, ਜੇ ਅੰਦਰੋਂ ਇਹ ਵਹਿਮ ਚਲੇ ਗਿਆ ਤਾਂ, ਕਿਉਂਕਿ ਦੇਖੋ ਵਹਿਮ ਤਾਂ ਅਸੀਂ ਕੱਢ ਸਕਦੇ ਹਾਂ ਤੇ ਜਿਹੜੇ ਭਰਮ ਕੇ ਪਰਦੇ ਸਤਿਗੁਰ ਕੱਟੇ ਉਹ ਤਾਂ ਸਤਿਗੁਰੂ ਨੇ ਕੱਟਣੇ ਆ, ਅਸੀਂ ਤਾਂ ਕੋਸ਼ਿਸ਼ ਕੀਤੀ ਹੈ ਤੇ ਬਾਕੀ ਮਹਾਰਾਜ ਮਿਹਰ ਕਰੇ। ਤੇ ਤੁਹਾਨੂੰ ਮੈਂ ਇਸੇ ਗੱਲ ਦੀ ਵਧਾਈ ਦਿੰਦਾ ਵੀ ਤੁਸੀਂ ਬਹੁਤ ਹੀ ਖੂਬਸੂਰਤ ਢੰਗ ਤਰੀਕੇ ਦੇ ਨਾਲ ਰੇਡੀਓ ਸਿੰਘ ਨਾਥ ਤੇ ਇਹਨਾਂ ਵਿਚਾਰਾਂ ਦੇ ਰਾਹੀਂ ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਮਿਸ਼ਨ ਹੈ ਉਸ ਦੀ ਪੂਰਤੀ ਦੇ ਵਿੱਚ ਇੱਕ ਹੋਰ ਕਦਮ ਸਾਡਾ ਪੁੱਟਣ ਦੇ ਵਿੱਚ ਸਹਾਈ ਹੋਇਓ ਤੇ ਗੁਰੂ ਮਹਾਰਾਜ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਇਸੇ ਤਰ੍ਹਾਂ ਫਿਰ ਤੁਹਾਡੇ ਦਰਸ਼ਨ ਕਰਾਂਗੇ। ਤੇ ਮੇਰੇ ਵੱਲੋਂ ਪ੍ਰੋਗਰਾਮ ਪੇਸ਼ ਕਰਦਿਆਂ ਤੁਹਾਡੀ ਸੇਵਾ 'ਚ ਕੋਈ ਲਫ਼ਜ਼ ਵੱਧ ਘੱਟ ਕਿਹਾ ਗਿਆ ਹੋਵੇ ਤੇ ਮੈਂ ਖਿਮਾ ਦਾ ਚਾਚਕਾਂ। ਆਓ ਆਪਾਂ ਫਤਿਹ ਸਾਂਝੀ ਕਰੀਏ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।